ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ ਸੋ ਅੱਜ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਅਸੀਂ ਅਟਾਰਨੀ ਜਸਪ੍ਰੀਤ ਸਿੰਘ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਸਰਗਰਮੀਆਂ ਜਿਹੜੀਆਂ ਹੈਗੀਆਂ ਨਾਰਥ ਅਮਰੀਕਾ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਹਨ ਇਲੈਕਸ਼ਨ ਜਿਹੜੇ ਨੇ ਉਹ ਪਰਦੇ ਉੱਤੇ ਨੇ ਤੇ ਨਾਲ ਪੈਂਡੇਮਿਕ ਦੀ ਸਿਚੁਏਸ਼ਨ ਬਣੀ ਹੋਈ ਹੈ ਬਹੁਤ ਸਾਰੀਆਂ ਸਰਗਰਮੀਆਂ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਵੀ ਸਾਹਮਣੇ ਆ ਰਹੀਆਂ ਹਨ ਕਈ ਸਾਰੀਆਂ ਖਬਰਾਂ ਹੋਰ ਵੀ ਹਨ ਵੈਨ ਇਟ ਕਮਸ ਟੂ ਸਿੱਖ ਡਾਇਸਪੋਰਾ ਫਾਰਮਰਸ ਆਰਡੀਨੈਂਸ ਬਿੱਲ ਨੂੰ ਲੈ ਕੇ ਵੀ ਕਈ ਸਾਰੀਆਂ ਸਰਗਰਮੀਆਂ ਅਮਰੀਕਾ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਸਿੱਧਾ ਲੈ ਕੇ ਚੱਲਦੇ ਹਾਂ ਕਾਫੀ ਲੰਬਾ ਸਮਾਂ ਤਜੁਰਬਾ ਹੈਗਾ ਔਰ ਜਦ ਕੱਲ ਸਾਡੀ ਕਮਿਊਨਿਟੀ ਨੂੰ ਐਮਪਾਵਰ ਕਰਨ ਦੀ ਆਉਂਦੀ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਨਾਲ ਜੋੜਨ ਦੀ ਆਉਂਦੀ ਹੈ ਐਡਵਾਈਸ ਦੇਣ ਦੀ ਆਉਂਦੀ ਹੈ ਇਮੀਗ੍ਰੇਸ਼ਨ ਦੇ ਬਾਰੇ ਦੱਸਣ ਦੀ ਆਉਂਦੀ ਹੈ ਤਾਂ ਹਮੇਸ਼ਾ ਅਟਾਰਨੀ ਜਸਪ੍ਰੀਤ ਸਿੰਘ ਐਡਵਾਈਸ ਦਿੰਦੇ ਹਨ ਔਰ ਕਮਿਊਨਿਟੀ ਦੀ ਸੇਵਾਵਾਂ ਵੀ ਨਿਭਾਉਂਦੇ ਹਨ ਸਿੱਧਾ ਲੈ ਕੇ ਚੱਲਦੇ ਉਹਨਾਂ ਦੇ ਕੋਲ ਵਕੀਲ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਔਨ ਲਾਅ ਗਾਈਡ ਔਰ ਮੈਂ ਜਨਰਲ ਜੀ ਹਾਊ ਇਜ਼ ਏਵਰੀਥਿੰਗ ਵਿਦ ਯੂ ਬਿਲਕੁਲ ਠੀਕ ਆ ਜੀ ਤੁਸੀਂ ਸੁਣਾਓ ਠੀਕ ਕੀ ਹਾਲ ਚਾਲ ਆ ਨਿਊਯਾਰਕ ਬਾਜੀ ਨਿਊਯਾਰਕ ਬਿਲਕੁਲ ਠੀਕ ਹੈ ਬਿਹਤਰ ਹੁੰਦਾ ਜਾ ਰਿਹਾ ਤੁਹਾਡੀ ਸਾਈਡ ਤੇ ਕਿਵੇਂ ਚੱਲ ਰਿਹਾ ਸਭ ਕੁਝ ਅੱਗੇ ਨਾਲੋਂ ਤਾਂ ਥੋੜਾ ਜਿਹਾ ਠੀਕ ਆ ਪਰ ਅਜੇ ਵੀ ਇੱਥੇ ਕੋਵਿਡ ਦੇ ਕੇਸ ਕਾਫੀ ਨੇ ਜਿਹੜੀਆਂ ਫਾਇਰਸ ਵਗੈਰਾ ਨੇ ਉਹ ਨਾਰਥਰਨ ਕੈਲੀਫੋਰਨੀਆ ਚ ਤਾਂ ਕੰਟੇਨ ਹੋ ਗਈਆਂ ਤਕਰੀਬਨ ਪਰ ਜਿਹੜਾ ਸਦਰਨ ਕੈਲੀਫੋਰਨੀਆ ਐਲਏ ਦਾ ਏਰੀਆ ਉੱਥੇ ਅਜੇ ਵੀ ਫਾਇਰ ਦਾ ਜਿਹੜਾ ਹੈਗਾ ਜਿਹੜੀਆਂ ਅੱਗਾਂ ਲੱਗੀਆਂ ਸੀ ਉਹਨਾਂ ਦਾ ਅਜੇ ਪੂਰਾ ਕੰਟਰੋਲ ਚ ਨਹੀਂ ਆ ਬਾਕੀ ਕੋਵਿਡ ਅੱਗੇ ਨਾਲੋਂ ਤਾਂ ਘੱਟ ਆ ਪਰ ਅਜੇ ਵੀ ਨਿਊਯਾਰਕ ਦੇ ਕੰਪੇਅਰ ਫੇਰ ਵੀ ਕਾਫੀ ਜ਼ਿਆਦਾ ਰਾਈਟ ਤੇ ਵਕੀਲ ਸਾਹਿਬ ਇਮੀਗ੍ਰੇਸ਼ਨ ਦੇ ਵਿੱਚ ਕਿੰਨੀ ਫਾਇਰ ਹੈ ਇਮੀਗ੍ਰੇਸ਼ਨ ਦੇ ਵਿੱਚ ਤਾਂ ਹੁਣ ਜੋ ਜੋ ਇਲੈਕਸ਼ਨ ਨੇੜੇ ਆਈ ਜਾਂਦੀ ਆ ਤੇ ਟਰੰਪ ਸਾਹਿਬ ਨੂੰ ਇਹ ਲੱਗਦਾ ਕਿ ਮੇਰੀ ਜਿਹੜੀ ਬੇਸ ਆ ਉਹਨੂੰ ਰੈਲੀ ਕਰਨ ਵਾਸਤੇ ਜਾਂ ਕਾਇਮ ਰੱਖਣ ਵਾਸਤੇ ਇਮੀਗ੍ਰੇਸ਼ਨ ਦਾ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਗੱਲ ਛੱਡੀ ਜਾਵੇ ਤੇ ਦੋ ਤਿੰਨ ਖਬਰਾਂ ਨੇ ਇੰਪੋਰਟੈਂਟ ਜਿਹੜੀਆਂ ਆਪਾਂ ਸ਼ੇਅਰ ਕਰਦੇ ਹਾਂ ਤੇ ਇੱਕ ਤਾਂ ਇਹ ਹੈਗੀ ਆ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹਨਾਂ ਨੂੰ ਇਹ ਹੌਲੀ ਹੌਲੀ ਖੋਲ ਰਹੇ ਆ ਤੇ ਹੁਣ ਜਿਹੜੀਆਂ ਕੈਲੀਫੋਰਨੀਆ ਦੀਆਂ ਕੋਰਟਸ ਨੇ ਖਾਸ ਕਰਕੇ ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਦੀਆਂ ਉਹ 28 ਸਪਟੈਂਬਰ ਤੋਂ ਖੁੱਲ ਰਹੀਆਂ ਨੇ ਜਿਹੜੀਆਂ ਨੋਨ ਡਿਟੇਨਡ ਕੇਸਾਂ ਦੀਆਂ ਤੇ ਐਲ ਏ ਦੀਆਂ 21 ਸਪਟੈਂਬਰ ਤੋਂ ਆ ਤੇ ਜਿਹੜਾ ਸਿਆਟਲ ਆ ਉਹ 13 ਅਕਤੂਬਰ ਤੋਂ ਆ ਬਾਕੀ ਤਕਰੀਬਨ ਸਾਰੀਆਂ ਖੁੱਲੀਆਂ ਹੀ ਆ ਆਲਮੋਸਟ ਪਰ ਕੱਲਾ ਨਿਊਯਾਰਕ ਆ ਜਿਹੜਾ ਨਹੀਂ ਖੁੱਲਿਆ ਤੇ ਜਿਹੜਾ ਨਿਊਯਾਰਕ ਦੀਆਂ ਕੋਰਟਾਂ ਹੈਗੀਆਂ ਇੱਥੇ 26 ਫੈਡਰਲ ਪਲਾਜ਼ਾ ਜਾਂ ਵੈਰਿਕ ਸਟਰੀਟ ਤੇ ਉਹਨਾਂ ਦਾ ਅਜੇ ਡਿਸੀਜਨ ਨਹੀਂ ਆ ਉਮੀਦ ਆ ਸ਼ਾਇਦ ਅਕਤੂਬਰ ਦੇ ਵਿੱਚ ਉਹ ਵੀ ਖੁੱਲ ਜਾਣ ਤੇ ਇਹਨਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਮਾਸਟਰ ਹੇਅਰਿੰਗ ਡੇਟਸ ਹੁੰਦੀਆਂ ਨੇ ਜਿਹੜੀ ਪਹਿਲੀ ਡੇਟ ਹੁੰਦੀ ਆ ਉਹ ਜ਼ਿਆਦਾ ਇਹ ਸਾਰੇ ਅਮਰੀਕਾ 'ਚ ਹੀ ਪੋਸਟਪੋਨ ਕਰ ਰਹੇ ਨੇ ਅਗਲੇ ਸਾਲ ਤੇ ਈਵਨ ਜਿਹੜੀਆਂ ਕੋਰਟਸ ਖੁੱਲੀਆਂ ਵੀ ਆ ਉੱਥੇ ਵੀ ਡੇਟਾ ਅਗਲੇ ਸਾਲ ਤੇ ਜਿਹੜੀਆਂ ਫਾਈਨਲ ਇੰਡੀਵਿਜੁਅਲ ਹੇਅਰਿੰਗਸ ਨੇ ਉਹ ਕਰਾ ਰਹੇ ਆ ਕਿਉਂਕਿ ਜਿਹੜੇ ਮਤਲਬ ਜੱਜਸ ਨੇ ਉਹ ਵੀ ਮੇਰਾ ਖਿਆਲ ਆ ਜਾਂ ਉਹਨਾਂ ਨੇ ਇਹ ਮਤਲਬ ਪਾਲਿਸੀ ਬਣਾਈ ਹੋਈ ਆ ਵੀ ਜਿਹੜੀਆਂ ਮਾਸਟਰ ਡੇਟਾ ਨੇ ਉਹਨਾਂ ਨੂੰ 6-6 ਮਹੀਨੇ ਅੱਗੇ ਕਰ ਦਿਓ ਪਰ ਲੋਕਾਂ ਨੂੰ ਵਰਕ ਪਰਮਿਟ ਦੇ ਰਹੇ ਆ ਜਿਹੜੇ ਕਲੌਕ ਵਗੈਰਾ ਚੱਲਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿਰਤ ਜੀ ਇੱਕ ਇਸ ਐਡਮਿਨਿਸਟ੍ਰੇਸ਼ਨ ਨੇ ਰੂਲ ਬਣਾਇਆ ਸੀਗਾ 25 ਅਗਸਤ ਤੋਂ ਕਿ ਜਿਹੜਾ ਵਰਕ ਆਥੋਰਾਈਜੇਸ਼ਨ ਆ ਉਹਦਾ ਰੂਲ ਇਹ ਆ ਵੀ 6 ਮਹੀਨੇ ਬਾਅਦ ਮਿਲਦਾ ਤੇ ਇਹਨਾਂ ਨੇ ਕਿਹਾ ਸੀ ਵੀ 1 ਸਾਲ ਤੋਂ ਬਾਅਦ ਮਿਲੇਗਾ ਹੁਣ ਤੇ ਇੱਕ ਇਹਨਾਂ ਨੇ ਕਿਹਾ ਸੀ ਵੀ ਅੱਗੇ ਸੀਗਾ ਵੀ ਜਿਹੜਾ 1 ਮਹੀਨੇ ਦੇ ਅੰਦਰ ਅੰਦਰ ਡਿਸਾਈਡ ਕਰਨਾ ਪੈਂਦਾ ਗਵਰਨਮੈਂਟ ਨੂੰ ਕਿ ਕਿਸੇ ਕੈਂਡੀਡੇਟ ਨੂੰ ਜਦੋਂ ਅਪਲਾਈ ਕਰਦਾ ਵੀ ਵਰਕ ਆਥੋਰਾਈਜੇਸ਼ਨ ਦੇਣਾ ਕਿ ਨਹੀਂ ਦੇਣਾ ਇਹਨਾਂ ਨੇ ਕਿਹਾ ਵੀ ਸਾਨੂੰ ਮਹੀਨੇ ਦੀ ਕੋਈ ਨਹੀਂ ਅਸੀਂ 4-6 ਮਹੀਨੇ ਵੀ ਲੈ ਸਕਦੇ ਹਾਂ ਡਿਸਾਈਡ ਕਰਨ ਲਈ ਰਾਈਟ ਤੇ ਉਹਦਾ ਜਿਹੜਾ ਸੀਗਾ ਉਹ ਪਿੱਛੇ ਜੇ ਲਾਸਟ ਵੀਕ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਡਿਸਟ੍ਰਿਕਟ ਕੋਰਟ ਨੇ ਉੱਤੇ ਸਟੇ ਲਾਤੀ ਆ ਤੇ ਉਹਨਾਂ ਨੇ ਉਹਨਾਂ ਕੋਲ ਕੇਸ ਕੀਤਾ ਸੀ ਇਮੀਗ੍ਰੇਸ਼ਨ ਦੇ ਗਰੁੱਪਸ ਨੇ ਤੇ ਕਈ ਸਟੇਟਾਂ ਦੇ ਅਟਾਰਨੀ ਜਨਰਲਸ ਨੇ ਵੀ ਇਹ ਉਹਨਾਂ ਨੇ ਜਿਹੜਾ ਕੋਰਟ ਨੇ ਜੱਜ ਸਾਹਿਬ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਐਕਟਿੰਗ ਸੈਕਟਰੀ ਆ ਹੋਮਲੈਂਡ ਸਿਕਿਉਰਿਟੀ ਦਾ ਉਹਦੀ ਅਪਾਇੰਟਮੈਂਟ ਹੀ ਗਲਤ ਆ ਉਹਦੀ ਅਪਾਇੰਟਮੈਂਟ ਇਲੀਗਲ ਆ ਇਸ ਕਰਕੇ ਉਹਦੇ ਕੋਲ ਕੋਈ ਪਾਵਰ ਹੀ ਹੈ ਨਹੀਂ ਕਿ ਰੂਲ ਬਣਾਉਣ ਦੇ ਇਦਾਂ ਦੇ ਰਾਈਟ ਉਹਨਾਂ ਨੇ ਇਹ ਕਿਹਾ ਨਾਲੇ ਕਿਹਾ ਵੀ ਜਿਹੜਾ 1 ਸਾਲ ਦਾ ਰੂਲ ਆ ਇਹ ਬੜਾ ਅਨਡਿਊ ਬਰਡਨ ਹੈਗਾ ਇਹਨਾਂ ਦੇ ਉੱਤੇ ਅਸਾਇਲਮ ਸੀਕਰਸ ਇਹ ਵੀ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਵੀ 1 ਸਾਲ ਬੰਦਾ ਆਪਣਾ ਕੇਸ ਵੀ ਲੜੇ ਤਾਂ ਕੰਮ ਵੀ ਨਾ ਕਰੇ ਤਾਂ ਉਹ ਫਿਰ ਖਰਚਾ ਕਿੱਥੋਂ ਕਰੂਗਾ ਆਪਣੇ ਵਕੀਲਾਂ ਨੂੰ ਪੈਸੇ ਕਿੱਥੋਂ ਦਊਗਾ ਤੇ ਰਹੂਗਾ ਕਿਸ ਤਰ੍ਹਾਂ ਕਰੈਕਟ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਠੀਕ ਨਹੀਂ ਲੱਗਦਾ ਤੇ ਉਹਨਾਂ ਨੇ ਉਹ ਸਟੇ ਕਰਤਾ ਹੁਣ ਇਸੇ ਤਰ੍ਹਾਂ ਹੀ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਫੀਸਾਂ ਵੱਧ ਰਹੀਆਂ 2 ਅਕਟੋਬਰ ਤੋਂ ਓਕੇ ਆਰਡਰ ਚੀਜ਼ਾਂ ਦੇ ਜਿਹੜੀਆਂ ਫੀਸਾਂ ਜਿਵੇਂ ਆਪਾਂ ਸਿਟੀਜ਼ਨਸ਼ਿਪ ਦਾ ਅਪਲਾਈ ਕਰਦੇ ਆ ਤੇ ਜਿਹੜਾ ਗ੍ਰੀਨ ਕਾਰਡ ਦਾ ਕਰਦੇ ਜੋ ਵੀ ਕਰਦੇ ਉਹਦੇ ਫੀਸਾਂ ਵੱਧ ਰਹੀਆਂ ਤਕਰੀਬਨ 1-2 ਕੈਟਾਗਰੀਆਂ ਥੋੜੀਆਂ ਜਿਹੀਆਂ ਘੱਟ ਰਹੀਆਂ ਬਾਕੀ ਸਾਰਿਆਂ ਦੀ ਵਾਧਾ ਉਹਦੇ ਉੱਤੇ ਵੀ ਲਾਅ ਸੂਟ ਹੋਇਆ ਹੋਇਆ ਉਹ ਵੀ ਇਸੇ ਗਰਾਊਂਡ ਤੇ ਆ ਵੀ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਆ ਉਹ ਐਕਟਿੰਗ ਆ ਜੇ ਸੈਨੇਟ ਨੇ ਕਨਫਰਮ ਨਹੀਂ ਕੀਤਾ ਤੇ ਇਸ ਕਰਕੇ ਉਹਦੀ ਅਪਾਇੰਟਮੈਂਟ ਜਿਹੜੀ ਆ ਉਹ ਪ੍ਰੋਪਰ ਪ੍ਰੋਸੀਜਰ ਨਾਲ ਨਹੀਂ ਹੋਈ ਤੇ ਉਹ ਸ਼ਾਇਦ ਉਹਦੇ ਕਰਕੇ ਉਹ ਵੀ ਸਟੇ ਹੋ ਜਾਵੇ ਉਹ ਵੀ ਉਮੀਦ ਹੈਗੀ ਆ ਸਟੇ ਹੋਣ ਦੀ ਉਹ ਫਿਰ ਆਉਂਦੇ ਦਿਨਾਂ 'ਚ ਆਪਾਂ ਦੱਸਾਂਗੇ ਜੇ ਕੋਈ ਉੱਤੇ ਕਾਰਵਾਈ ਹੋਈ
ਠੀਕ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਹੈ ਹਰਕੀਰਤ ਜੀ ਉਹ ਇਹ ਹੈਗੀ ਆ ਕਿ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਕਿ ਇਸ ਐਡਮਿਨਿਸਟ੍ਰੇਸ਼ਨ ਨੇ ਬੈਨ ਲਾਇਆ ਹੋਇਆ ਇਮੀਗ੍ਰੇਸ਼ਨ ਤੇ ਜਿਹੜਾ ਕਿ ਇਮੀਗ੍ਰੈਂਟ ਵੀਜ਼ਿਆਂ ਤੇ ਵੀ ਹੈਗਾ ਤੇ ਜਿਵੇਂ ਹੁਣ ਕਿਸੇ ਯੂਐਸ ਸਿਟੀਜ਼ਨ ਨੇ ਆਪਣੇ ਮਾਂ ਬਾਪ ਦਾ ਅਪਲਾਈ ਕਰਨਾ ਜਾਂ ਆਪਣੇ ਭੈਣਾਂ ਭਰਾਵਾਂ ਦਾ ਅਪਲਾਈ ਕਰਨਾ ਜਿਹੜੀਆਂ ਉਹ ਕੈਟੇਗਰੀਜ਼ ਨੇ ਤੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਦੇ ਬੱਚਿਆਂ ਦੀ ਉੱਥੇ ਵੀ ਬੈਨ ਆ ਤੇ ਇੱਕ ਇਹਨਾਂ ਨੇ ਨੌਨ ਇਮੀਗ੍ਰੈਂਟ ਵੀਜ਼ਿਆਂ ਤੇ ਵੀ ਲਾਇਆ ਹੋਇਆ ਜਿਵੇਂ H1 ਤੇ ਜਾਂ J1 ਤੇ ਸਟੂਡੈਂਟ ਤੇ ਫਿਊਚਰ ਦੇ ਵਿੱਚ ਅਪ ਟੂ ਦਸੰਬਰ ਦੇ ਐਂਡ ਤੱਕ ਇਹਨਾਂ ਨੇ ਹੁਣ ਇੱਕ ਨਵਾਂ ਕੰਮ ਸ਼ੁਰੂ ਕੀਤਾ ਜਿਹਦਾ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਅਨਾਊਂਸਮੈਂਟ ਗਵਰਨਮੈਂਟ ਕਰੇਗੀ ਉਹ ਹੈ H1 ਬਾਰੇ ਇਹ H1 ਦੇ ਜਿਹੜਾ ਪ੍ਰੋਗਰਾਮ ਵਿੱਚ ਦੋ ਵੱਡੀਆਂ ਚੇਂਜਸ ਕਰ ਰਹੇ ਆ ਇੱਕ ਤਾਂ ਇਹ ਕਰ ਰਹੇ ਆ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਆ ਉਹਦੀ ਜਿਹੜੀ ਡੈਫੀਨੇਸ਼ਨ ਚੇਂਜ ਕਰ ਰਹੇ ਨੇ ਕਿਉਂਕਿ H1 ਚ ਅਪਲਾਈ ਕਰਨ ਵਾਸਤੇ ਇੱਕ ਖਾਸ ਸਪੈਸ਼ਲਿਟੀ ਆਕੂਪੇਸ਼ਨ ਹੁੰਦੀ ਜਿਹਦੇ ਅੰਡਰ ਉਹ ਅਪਲਾਈ ਹੁੰਦਾ ਉਹਨੂੰ ਇਹ ਕਾਫੀ ਰਿਸਟ੍ਰਿਕਟ ਕਰ ਰਹੇ ਆ ਵੀ ਤਾਂ ਕਿ ਜ਼ਿਆਦਾ ਬੰਦੇ ਉਹਦੇ ਚ ਕੁਆਲੀਫਾਈ ਹੀ ਨਾ ਕਰਨ ਦੂਸਰਾ ਇਹਨਾਂ ਨੇ ਜਿਹੜਾ ਇਹਨਾਂ ਦਾ ਲੇਬਰ ਮਤਲਬ ਸੈਕਟਰੀ ਆ ਲੇਬਰ ਡਿਪਾਰਟਮੈਂਟ ਆ ਉਹਨੂੰ ਕਿਹਾ ਵੀ ਜਿਹੜੀ ਬਾਹਰੋਂ ਬੰਦਿਆਂ ਦੇ ਆਉਣ ਦੀ ਜਿਹੜੀ ਵੇਜ ਆ ਉਹਨੂੰ ਵਧਾਓ ਸੋ ਜਿਹੜੀ ਕੁਆਲੀਫਾਈਂਗ ਵੇਜ ਹੋਏਗੀ ਉਹ ਵੀ ਵਧਾਈ ਜਾ ਰਹੀ ਹੈ ਜਿਵੇਂ ਹੁਣ ਅੱਜ ਜੇ $80,000 ਫਰਜ਼ ਕਰੋ ਇੱਕ H1 ਦੇ ਜਿਹੜਾ ਕੰਮ ਕਰਦਾ ਉਸ ਪੋਜੀਸ਼ਨ ਤੇ ਉਹਦੀ ਤਨਖਾਹ ਰੱਖੀ ਆ ਲੇਬਰ ਡਿਪਾਰਟਮੈਂਟ ਨੇ ਉਹਨੂੰ ਵਧਾ ਕੇ 1.5 ਲੱਖ ਜਾਂ 1,20,000 ਕਰ ਦੇਣਗੇ ਉਹਦਾ ਮਤਲਬ ਇਹ ਆ ਕਿ ਜਿਹੜੇ ਇੱਥੋਂ ਦੇ ਬੰਦੇ ਹੈਗੇ ਆ ਉਹਨਾਂ ਨੂੰ ਜਿਹੜੀ ਪ੍ਰੋਪਰ ਹੈਗੀ ਆ ਉਹ ਮਤਲਬ ਜੋਬ ਮਿਲ ਸਕੇ ਤੇ ਬਾਹਰੋਂ ਬੰਦੇ ਨਾ ਸਕਣ ਕਿਉਂਕਿ ਕੰਪਨੀਆਂ ਜਿਹੜੀਆਂ ਨੂੰ ਜੇ ਇੱਥੇ 80,000 ਤੇ ਬੰਦਾ ਕੋਈ ਮਿਲਦਾ ਤਾਂ ਬਾਹਰੋਂ 1,20,000 ਦੇ ਕੇ ਕਿਉਂ ਲਿਆਉਣਗੀਆਂ ਤੇ ਉਹ ਉਹਨਾਂ ਨੂੰ ਡਿਸਕਰੇਜ ਕਰਨ ਲਈ ਆ ਪਰ ਅਲਟੀਮੇਟਲੀ ਇਹਦਾ ਨੁਕਸਾਨ ਜਿਹੜਾ ਉਹ ਬਿਜ਼ਨਸ ਨੂੰ ਹੋਏਗਾ ਕਿਉਂਕਿ ਜਿਹੜਾ ਬਿਜ਼ਨਸ ਹੈ ਉਹ ਮਤਲਬ ਜਿਹੜਾ ਇਹ ਤਾਂ ਉਹਨੇ ਦੇਖਣਾ ਵੀ ਲੋੜ ਆ ਹੁਣ ਜੇ ਇੱਥੇ ਕੁਆਲੀਫਾਈਡ ਬੰਦਾ ਹੀ ਹੈ ਨਹੀਂ ਤੇ ਉਹਨੂੰ ਜਿਹੜੀਆਂ ਕੰਪਨੀਆਂ ਬਾਹਰੋਂ ਤਾਂ ਇਸ ਕਰਕੇ ਲੈ ਕੇ ਆਉਂਦੀਆਂ ਕਿ ਉਹਨਾਂ ਨੂੰ ਆਪਣੇ ਜਿਹੜੇ ਮਤਲਬ ਦਾ ਬੰਦਾ ਨਹੀਂ ਮਿਲਦਾ ਇੱਥੇ ਤੇ ਇਹਨਾਂ ਦੀ ਇਹ ਆ ਵੀ ਇੱਥੇ ਬੰਦਾ ਹਾਇਰ ਕਰੋ ਚਾਹੇ ਜਿਹੋ ਜਿਹਾ ਮਰਜ਼ੀ ਕਰ ਲਓ ਉਹਦਾ ਹੁਣ ਸਰਕਾਰੀ ਕੰਮ ਆ ਇਹਦਾ ਚੱਲ ਸਕਦਾ ਕੰਮ ਪਰ ਜਿਹੜਾ ਪ੍ਰਾਈਵੇਟ ਬਿਜ਼ਨਸ ਆ ਉਹਦੇ 'ਚ ਨਹੀਂ ਚੱਲ ਸਕਦਾ ਉਹਦੇ ਵਿੱਚ ਤਾਂ ਉਹਨਾਂ ਨੂੰ ਕੋਈ ਲੋਕਾਂ ਦਾ ਕੰਪੀਟ ਕਰਨਾ ਪੈਂਦਾ ਸੋ ਇਹਦੇ ਨਾਲ ਬੇਸਿਕਲੀ ਜਿਹੜਾ ਮਤਲਬ IT ਬਿਜ਼ਨਸ ਹੈਗਾ ਜਾਂ ਇੱਥੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਇੱਥੇ ਜ਼ਿਆਦਾ H1 ਦੀ ਲੋੜ ਆ ਕਿਉਂਕਿ ਦੋ ਹੀ ਸਟੇਟਾਂ ਜ਼ਿਆਦਾ ਲੋੜ ਆ H1 ਬੰਦਿਆਂ ਦੀ ਜਿਹੜੇ ਇੰਡੀਆ ਤੋਂ ਆਉਂਦੇ ਕੈਲੀਫੋਰਨੀਆ ਜਾਂ ਉਹਨਾਂ 'ਤੇ ਅਸਰ ਪਏਗਾ ਇਸ ਚੀਜ਼ ਦਾ ਇਹ ਆਉਂਦੇ ਦਿਨਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਕਰੇਗੀ ਕਰੈਕਟ ਸੋ ਵਕੀਲ ਸਾਹਿਬ ਅਗਰ ਇਸ ਲਿਹਾਜ਼ ਨਾਲ ਸਮਝਿਆ ਜਾਏ ਪਹਿਲਾਂ ਇਸ ਮੁਲਕ ਦੇ ਵਿੱਚ ਜਿੰਨੇ ਵੀ ਕੰਮ ਕਰਨ ਆਉਂਦੇ ਸੀਗੇ ਜਾਂ ਫਿਰ ਪੜ੍ਹਾਈ ਕਰਨ ਆਉਂਦੇ ਸੀਗੇ ਉਹਨਾਂ ਦੇ ਉੱਤੇ ਕੀ ਅਸਰ ਪਵੇਗਾ ਭਾਵੇਂ ਉਹ ਭਾਰਤ ਤੋਂ ਆਉਂਦੇ ਹਨ ਭਾਵੇਂ ਉਹ ਵੱਖ ਵੱਖ ਹੋਰ ਮੁਲਕਾਂ ਤੇ ਆਉਂਦੇ ਹਨ ਆਖਿਰਕਾਰ ਇਹਨਾਂ ਸਾਰੇ ਗੱਲਾਂ ਦੀਆਂ ਜਿਹੜੀਆਂ ਅਸਰ ਗਰਮੀਆਂ ਨੂੰ ਅਸੀਂ ਅਗਰ ਵੇਖੀਏ ਤਾਂ ਉਹਨਾਂ ਦੇ ਉੱਤੇ ਕੀ ਫਰਕ ਪੈਂਦਾ ਨਹੀਂ ਫਰਕ ਤਾਂ ਬੇਸਿਕਲੀ ਇਹ ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਤਾਂ H1 ਨੂੰ ਆਲਮੋਸਟ ਬਹੁਤ ਜ਼ਿਆਦਾ ਕਟੇਲ ਕਰਨਾ ਚਾਹੁੰਦੀ ਆ ਵੀ ਇਹ ਮਤਲਬ ਬਹੁਤ ਘੱਟ ਬੰਦੇ ਕੁਆਲੀਫਾਈ ਕਰਨ ਉਹਦੇ 'ਚ ਬੇਸਿਕਲੀ ਜਿਹੜਾ ਹੁਣ ਬਾਹਰੋਂ ਆਏਗਾ ਇਹ ਪਹਿਲਾਂ ਤਾਂ ਉਹਨੂੰ ਕਰਨਗੇ ਰਿਸਟ੍ਰਿਕਟ ਵੀ ਜਿਵੇਂ ਹੁਣ ਕਿਸੇ ਦਾ ਅਪਲਾਈ ਕਰਨਾ ਜਿਹੜੇ ਬੰਦੇ ਨੂੰ ਹੁਣ ਜਿਵੇਂ ਇੰਡੀਆ ਤੋਂ ਲਿਆਉਣਾ ਕਿਸੇ ਨੂੰ ਉਸ ਪੋਸਟ ਜਿਵੇਂ ਹੁਣ IT ਦਾ ਕੁਝ ਨਹੀਂ ਆ ਜਾਂ ਇਸ ਕਿਸਮ ਦੇ ਜਿਹੜੇ ਬੰਦੇ ਨੇ ਤੇ ਉਹਨਾਂ ਦਾ ਮਤਲਬ ਬੇਸਿਕਲੀ ਕੀ ਹੋਏਗਾ ਕਿ ਉਹ ਜਿਹੜੀ ਉਹਨਾਂ ਦੀ ਵੇਜ ਹੈ ਉਹ ਬਹੁਤ ਜ਼ਿਆਦਾ ਹੋਏਗੀ ਵੀ ਉਹਨੂੰ ਕਹਿਣਾ ਪਊਗਾ ਵੀ ਠੀਕ ਆ ਅਸੀਂ ਇੰਨੀ ਵੇਜ ਦੇਣ ਨੂੰ ਤਿਆਰ ਹਾਂ ਉਸ ਤੋਂ ਬਾਅਦ ਸੋ H1 ਵੀਜ਼ੇ ਨੂੰ ਲੈ ਕੇ ਜਿਹੜੀ ਹੈਗੀ ਉਹਦੇ ਵਿੱਚ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਹੈਗੀ ਆ ਉਹਦੇ ਵਿੱਚ ਆਉਣ ਜਾਂ ਨਾ ਆਉਣ ਉਹ ਵੀ ਔਖਾ ਹੋ ਗਿਆ ਜਿਹੜੇ ਇੱਥੇ ਵਾਲੇ ਬੰਦੇ ਨੇ ਜਿਹੜੇ ਇੱਥੇ ਆਲਰੇਡੀ ਸਟੂਡੈਂਟ ਕਿਉਂਕਿ ਜਿਹੜੇ ਤਾਂ ਆਲਰੇਡੀ H1 ਤੇ ਹੈਗੇ ਆ ਉਹਨਾਂ ਨੂੰ ਤਾਂ ਅਸਰ ਨਹੀਂ ਪੈਣਾ ਇਹਦਾ ਕੋਈ ਵੀ ਜਿਹੜੇ ਆਲਰੇਡੀ H1 ਤੇ ਹੈਗੇ ਆ ਤੇ ਜਿਹੜੇ ਇੱਥੇ ਸਟੂਡੈਂਟ ਨੇ ਹੁਣ ਜਿਵੇਂ ਕੋਈ F1 ਤੇ ਹੈਗਾ ਉਹ ਗਾਂ H1 ਤੇ ਜਾਣਾ ਚਾਹੁੰਦਾ ਉਹ ਤੁਹਾਨੂੰ ਪਤਾ ਇੱਥੇ ਪਹਿਲਾਂ ਹੀ ਔਖਾ ਲਾਟਰੀ ਸਿਸਟਮ ਹੈ ਉਹਦੇ 'ਚ ਕਈਆਂ ਦੀ ਵਾਰੀ ਆਉਂਦੀ ਆ ਨਹੀਂ ਆਉਂਦੀ ਤੇ ਉਹ ਤਾਂ ਉਹਨਾਂ ਤੇ ਵੀ ਲਾਗੂ ਹੋਏਗਾ ਜੇ ਹੁਣ ਇੱਕ ਜਿਹੜੀ ਫਰਜ਼ ਕਰੋ ਪੋਜੀਸ਼ਨ ਹੈ ਉਹਦੀ ਉਹ ਤਨਖਾਹ 19 ਲੱਖ ਦੇਣਗੇ ਤਾਂ ਉਹਦੇ ਤੇ ਉਹ ਕਹਿਣਗੇ ਜੇ H1 ਕਿਸੇ ਦਾ ਅਪਲਾਈ ਕਰਨਾ ਕਿਉਂਕਿ ਜਿਹੜਾ H1 ਜਦੋਂ ਅਪਲਾਈ ਕਰਦੇ ਆ ਲੇਬਰ ਡਿਪਾਰਟਮੈਂਟ ਤੋਂ ਆਪਾਂ ਨੂੰ ਵੇਜ ਜਿਹੜੀ ਹੈਗੀ ਅਪਰੂਵ ਕਰਾਉਣੀ ਪੈਂਦੀ ਆ ਉਹ ਮਤਲਬ ਜਿਹੜਾ ਹੈਗਾ ਲੇਬਰ ਡਿਪਾਰਟਮੈਂਟ ਉਹ ਵੇਜ ਨੂੰ ਅਪਰੂਵ ਦੇ ਜੇ ਵੇਜ ਹੀ ਬਹੁਤ ਜ਼ਿਆਦਾ ਹੋਊਗੀ ਚਾਹੇ H1 ਤੁਸੀਂ ਇੰਡੀਆ ਤੋਂ ਕਰੋ ਜਾਂ ਇੱਥੋਂ ਕਰੋ ਉਹ ਜੇ ਵੇਜ ਜ਼ਿਆਦਾ ਹੈਗੀ ਆ ਤਾਂ ਉਹ ਮਤਲਬ ਕੰਪਨੀਆਂ ਨੂੰ ਡਿਸਕਰੇਜ ਕਰਨ ਲਈ ਆ ਵੀ ਜੇ ਇੱਕ ਪੋਜੀਸ਼ਨ ਤੇ 80,000 ਦੀ ਪੋਜੀਸ਼ਨ ਆ ਤੇ ਉਹਦੇ ਤੇ ਜੇ ਤਾਂ ਤੁਸੀਂ ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨੂੰ ਜੋਬ ਦਿਓਗੇ ਤਾਂ 80,000 ਤੇ ਰੱਖੋ ਜੇ H1 ਵਾਲੇ ਨੂੰ ਦਿਓਗੇ ਤਾਂ 1,20,000 ਦਿਓ ਸੋ ਇਸ ਕਰਕੇ ਇਹ ਉਹ ਫਿਰ ਜਿਹੜੀਆਂ ਕੰਪਨੀਆਂ ਹੈਗੀਆਂ ਸੋਚਣਗੀਆਂ ਵੀ ਅਸੀਂ 40,000 ਜ਼ਿਆਦਾ ਕਿਉਂ ਦਈਏ ਸਿਰਫ H1 ਕਰਕੇ ਸੋ ਇਹ ਇਸ ਕਿਸਮ ਦਾ ਉਹਨਾਂ ਨੂੰ ਡਿਸਕਰੇਜ ਕਰਨ ਲਈ ਆ ਵੀ ਬਾਹਰ ਦੇ ਬੰਦੇ ਹਾਇਰ ਨਾ ਕਰਨ ਉਹ 'ਚ ਇਹ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਹੈਗੀ ਵੀ ਬਾਹਰੋਂ ਬੰਦਾ ਆਉਣਾ ਕਿ ਇੱਥੇ H1 ਤੇ ਆ ਬਾਕੀ ਜੋ ਰੂਲਸ ਆਉਣਗੇ ਡਿਟੇਲ ਦੇ ਵਿੱਚ ਉਦੋਂ ਪਤਾ ਲੱਗੂ ਵੀ ਇਹ ਕੀ ਕਰਦੇ ਜਾਂ ਉਹ 'ਚ ਕੋਈ ਐਕਸੈਪਸ਼ਨ ਰੱਖਦੇ ਆ ਜਾਂ ਨਹੀਂ ਠੀਕ ਹੈ ਅਸਾਈਲਮ ਸੀਕਰਸ ਦੇ ਲਿਹਾਜ਼ ਨਾਲ ਕੀ ਕੁਝ ਸਰਗਰਮੀਆਂ ਨੇ ਹਰਕੀਰਤ ਜੀ ਅਸਾਈਲਮ ਸੀਕਰਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ 25 ਅਗਸਤ ਤੋਂ ਕਾਫੀ ਜ਼ਿਆਦਾ ਜਿਹੜੇ ਰੂਲਸ ਹੈਗੇ ਆ ਖਾਸ ਕਰਕੇ ਵਰਕ ਆਥੋਰਾਈਜੇਸ਼ਨ ਨਾਲ ਉਹ ਸਟ੍ਰਿਕਟ ਕਰਨ ਦੀ
ਉਹ ਚ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਵਰਕ ਪਰਮਿਟ ਆ ਉਹ ਹੁਣ 6 ਮਹੀਨੇ ਦੀ ਬਜਾਏ 1 ਸਾਲ ਬਾਅਦ ਮਿਲੇਗਾ, ਉਦੋਂ ਬਾਅਦ ਅਸੀਂ 1 ਮਹੀਨੇ ਸਾਨੂੰ ਡਿਸਾਈਡ ਕਰਨ ਦੀ ਲੋੜ ਨਹੀਂ, 6-6 ਮਹੀਨੇ ਡਿਸਾਈਡ ਕਰਨ ਨੂੰ ਹੀ ਲਾ ਸਕਦੇ ਹਾਂ। ਫਿਰ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਬੰਦਾ ਓਵਰ 1 ਈਅਰ ਅਸਾਈਲਮ ਕਰਦਾ, ਜਿਵੇਂ ਹੁਣ ਕਿਸੇ ਨੂੰ 4 ਸਾਲ ਹੋ ਗਏ ਉਹ ਕੇਸ ਕਰਦਾ ਵਿਦ ਹੋਲਡਿੰਗ ਦਾ ਜਾਂ ਕੋਈ ਵੀ ਆ, ਤੇ ਜੇ ਉਹਨੂੰ ਵੀ ਵਰਕ ਪਰਮਿਟ ਨਹੀਂ ਮਿਲੇਗਾ ਅਨਲੈਸ ਕਿ ਉਹ ਐਕਸਪਲੇਨ ਨਾ ਕਰ ਸਕੇ ਕਿ ਕਿਉਂ ਨਹੀਂ ਸਾਰਜ ਕੀਤਾ। ਫਿਰ ਕਈਆਂ ਦੇ ਕੇਸ ਜਿਹੜੇ ਨੇ ਉਹ BIA ਤੋਂ, ਜਿਵੇਂ ਹੁਣ ਅਪੀਲਾਂ 'ਚ ਪਹਿਲਾਂ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ, ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ, ਉਸ ਤੋਂ ਅੱਗੇ ਰਾਈਟ ਹੁੰਦਾ ਸੈਲਮ ਵਾਲੇ ਨੂੰ ਸਰਕਟ ਕੋਰਟ 'ਚ ਅਪੀਲ ਕਰਨ ਦਾ, ਜਿਵੇਂ ਨਿਊਯਾਰਕ ਦੇ ਵਿੱਚ 2nd ਸਰਕਟ ਆ, ਕੈਲੀਫੋਰਨੀਆ 9th ਸਰਕਟ ਆ। ਜੇ ਕਿਸੇ ਦਾ ਕੇਸ ਸਰਕਟ ਕੋਰਟ ਚਲ ਗਿਆ ਤਾਂ ਉਹਨੂੰ ਜੇ ਵਰਕ ਪਰਮਿਟ ਮਿਲਦਾ ਉਹ ਡਿਸਕੰਟੀਨਿਊ ਹੋ ਜਾਏਗਾ, ਉੱਥੇ ਨਹੀਂ ਮਿਲੇਗਾ, ਇੱਦਾਂ ਦੇ ਬਣਾਏ ਸੀਗੇ ਰੂਲ। ਤੇ ਇਹ ਬੜੇ ਇਹਨਾਂ ਨੂੰ ਹੁਣ ਕੋਰਟ 'ਚ ਚੈਲੰਜ ਕੀਤਾ, ਤੇ ਕੋਰਟ ਨੇ ਫਿਲਹਾਲ ਜਿਹੜੇ 2 ਰੂਲ ਨੇ ਇਹਨਾਂ ਦੇ, ਇੱਕ ਤਾਂ ਜਿਹੜਾ ਸਾਲ ਦੀ ਬਜਾਏ ਜਿਹੜਾ 6 ਮਹੀਨੇ 'ਚ ਨਹੀਂ ਮਿਲੂ ਸਾਲ 'ਚ ਮਿਲੂਗਾ, ਉਹ ਕੋਰਟ ਨੇ ਤੋੜ ਦਿੱਤਾ। ਤੇ ਇੱਕ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਮਹੀਨੇ ਦੇ ਵਿੱਚ ਡਿਸਾਈਡ ਕਰਨ ਦੀ ਲੋੜ ਨਹੀਂ, ਅਸੀਂ ਡਿਸਾਈਡ ਕਰਨ ਲਈ 4-6 ਮਹੀਨੇ ਵੀ ਲਾ ਸਕਦੇ ਹਾਂ, ਉਹ ਵੀ ਕੋਰਟ ਨੇ ਤੋੜਤਾ। ਸੋ ਇਹਨਾਂ ਦੀ ਕੋਸ਼ਿਸ਼ ਤਾਂ ਹੈਗੀ ਆ ਕਿ ਸੈਲਮ ਵਾਲਿਆਂ ਦਾ ਜਿਹੜਾ ਹੈਗਾ ਉਹ ਕਾਫ਼ੀ ਜ਼ਿਆਦਾ ਰਿਸਟ੍ਰਿਕਟ ਕੀਤਾ ਜਾਵੇ, ਪਰ ਜਿਹੜੀਆਂ ਕੋਰਟਾਂ ਨੇ ਉਹ ਇਹਨਾਂ ਦੇ ਰਸਤੇ 'ਚ ਰੁਕਾਵਟ ਨੇ, ਕੋਈ ਕੋਰਟਾਂ ਇੱਥੇ ਜਿਹੜੀਆਂ ਨੇ ਉਹ ਫਿਰ ਇਨਸਾਫ਼ ਕਰਦੀਆਂ, ਤੇ ਉਹ ਇਸ ਕਰਕੇ ਉਹ ਫਿਰ ਸੈਲਮ ਵਾਲਿਆਂ ਦੇ ਹੱਥ 'ਚ ਖੜ ਜਾਂਦੀਆਂ ਜਿੱਥੇ ਕੋਈ ਗੱਲ ਨਜਾਇਜ਼ ਹੋ ਰਹੀ ਹੁੰਦੀ ਹੈ। ਬਿਲਕੁਲ, ਆਈ ਥਿੰਕ ਕਿ ਉਹ ਹੱਥ ਤੁਰ ਰਹੇ ਨੇ ਐਡਮਿਨਿਸਟ੍ਰੇਸ਼ਨ ਹਾਇਰ ਅਮੈਰੀਕਨ, ਜਿਵੇਂ ਕਿ ਨਾਰਾ ਖੁਦ ਆਪ ਡੋਨਲਡ ਟਰੰਪ ਹੋਰਾਂ ਨੇ ਲਾਇਆ ਸੀਗਾ, ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹੀ ਸੀਗਾ ਕਿ ਡੈਫੀਨੇਟਲੀ ਦੇ ਵਾਂਟ ਹਾਇਰ ਅਮੈਰੀਕਨਸ ਹੇਅਰ, ਕਿਉਂਕਿ ਉਹਨਾਂ ਨੂੰ ਜੋਬਸ ਜਿਹੜੀਆਂ ਹੈਗੀਆਂ ਲੈਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਪਰ ਵਕੀਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇੰਡਸਟਰੀਆਂ ਦੇ ਵਿੱਚ ਇਹਦਾ ਮਾੜਾ ਅਸਰ ਪੈ ਸਕਦਾ, ਜਿਹੜੀ ਕੰਪਨੀਜ਼ ਹਨ, ਮਲਟੀਨੈਸ਼ਨਲ ਕੰਪਨੀਜ਼ ਹਨ, ਕਿਉਂਕਿ ਜੋ ਟੈਲੈਂਟ ਹੋਰ ਵੱਖ ਵੱਖ ਮੁਲਕਾਂ ਤੋਂ ਮਿਲਦਾ ਜਾਂ ਫਿਰ ਇੰਡੀਆ ਤੋਂ ਮਿਲਦਾ, ਉਹਨਾਂ ਆਰਗੇਨਾਈਜੇਸ਼ਨਸ ਨੂੰ ਉਹੀ ਟੈਲੈਂਟ ਚਾਹੀਦਾ ਹੁੰਦਾ? ਨਹੀਂ, ਇਹਦਾ ਜਿਹੜਾ ਹੈਗਾ ਡੈਫੀਨੇਟਲੀ ਮਾੜਾ ਅਸਰ ਪਊਗਾ, ਕਿਉਂਕਿ ਗਵਰਨਮੈਂਟ ਕਿੱਦਾਂ ਡਿਸਾਈਡ ਕਰ ਸਕਦੀ ਹੈ ਵੀ ਇੰਡਸਟਰੀ ਨੂੰ ਕਿਹੜਾ ਬੰਦਾ ਚਾਹੀਦਾ ਕਿਹੜਾ ਨਹੀਂ। ਹੁਣ ਜੇ ਇੱਥੇ ਕਿਸੇ ਨੂੰ ਜਿਹੜੀ ਇੰਡਸਟਰੀ ਹੈਗੀ ਆ ਜਾਂ ਬਿਜ਼ਨਸ ਆ ਉਹਨੂੰ ਆਪਣੇ ਕੰਮ ਦੇ ਅਪਰੋਪਰੀਏਟ ਬੰਦਾ ਨਹੀਂ ਮਿਲਦਾ, ਤਾਂ ਉਹਨੂੰ ਬਾਹਰੋਂ ਤੁਸੀਂ ਕਹੋ ਵੀ ਇਹਨੂੰ ਤੁਸੀਂ ਹਾਇਰ ਕਰ ਲਓ, ਪਰ ਤਨਖਾਹ ਤੁਹਾਨੂੰ ਆਲਮੋਸਟ 1.5 ਗੁਣਾ ਦੇਣੀ ਪਏਗੀ, ਉਹਦਾ ਬਿਜ਼ਨਸ ਤੇ ਆਉਣ ਦੀ ਬਰਡਨ ਆ, ਇੱਕ ਉਹਦਾ ਕੰਪੀਟੀਸ਼ਨ ਆ, ਇਹ ਤਾਂ ਬਿਜ਼ਨਸ ਨੂੰ ਖਰਾਬ ਕਰਨ ਵਾਲੀ ਗੱਲ ਆ। ਹੁਣ ਜੇ ਹੁਣ ਬਿਜ਼ਨਸ ਵਾਲੇ ਨੂੰ ਇੱਥੇ ਸਹੀ ਬੰਦਾ ਨਹੀਂ ਮਿਲਦਾ, ਤਾਂ ਇਹ ਥੋੜ੍ਹੀ ਆ ਵੀ ਘੱਟ ਪੈਸਿਆਂ ਕਰਕੇ ਉਹਨੂੰ ਰੱਖ ਲੂਗਾ, ਉਹਨੇ ਉਹ ਫਿਰ ਮਜਬੂਰ ਹੋਊਗਾ ਜ਼ਿਆਦਾ ਪੈਸੇ ਦੇਣ ਲਈ H1 ਵਾਲਿਆਂ ਨੂੰ। ਤੇ ਚਲੋ ਉਹ ਵੀ ਇੱਕ ਅਲੱਗ ਗੱਲ ਆ, ਪਰ ਜਿਹੜੀ ਇਹਨਾਂ ਨੇ ਹੁਣ ਸਪੈਸ਼ਲਿਟੀ ਆਕੂਪੇਸ਼ਨ ਦੇ ਵਿੱਚ ਚੇਂਜ ਕਰਨੀ ਆ, ਉਹਦੇ ਨਾਲ ਵੀ ਕਾਫੀ ਜ਼ਿਆਦਾ ਤੰਗ ਕਰ ਦੇਣਾ ਵੀ ਉਹਦੇ ਨਾਲ ਬਹੁਤ ਘੱਟ ਬੰਦੇ ਕੁਆਲੀਫਾਈ ਕਰਨਗੇ H1 ਲਈ, ਉਹਦਾ ਨੁਕਸਾਨ ਬਿਜ਼ਨਸ ਨੂੰ ਹੋਏਗਾ। ਵਕੀਲ ਸਾਹਿਬ, ਇੱਕ ਬਹੁਤ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਕਿਉਂਕਿ ਅਸੀਂ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਦਰਸ਼ਕ ਸਾਨੂੰ ਸਵਾਲ ਪੁੱਛਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਜਿਹੜਾ ਹੈਗਾ, ਜੇਕਰ ਅਸੀਂ ਆਪਣੇ ਘਰਦਿਆਂ ਨੂੰ ਸਪੋਂਸਰ ਕਰਦੇ ਹਾਂ, ਜਿਵੇਂ ਕਿ ਜਿਹਦਾ ਕਿਸੇ ਦਾ ਕੋਈ ਨਵਾਂ ਨਿਊਲੀ ਸਿਟੀਜ਼ਨਸ਼ਿਪ ਕਿਸੇ ਨੇ ਹਾਸਲ ਕੀਤੀ ਔਰ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨਾ ਚਾਹੁੰਦਾ, ਸੋ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਸਪੋਂਸਰ ਨਹੀਂ ਕਰ ਸਕਦੇ, ਜਾਂ ਫਿਰ ਜਿਹੜੇ ਹੋਰ ਵੱਖ ਵੱਖ ਕੈਟੇਗਰੀਜ਼ ਨੇ ਸਪੋਂਸਰ ਕਰਨ ਦੇ, ਉਹ ਸਾਰੇ ਬੰਦ ਹੋ ਜਾਣਗੇ, ਜਿਹੜਾ ਬੱਚਾ ਵੀ ਇੱਥੇ ਜਨਮੇਗਾ ਉਹਨੂੰ ਵੀ ਸਿਟੀਜ਼ਨਸ਼ਿਪ ਨਹੀਂ ਮਿਲੇਗੀ, ਕਈ ਸਾਰੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਕੀ ਲੱਗਦਾ ਤੁਹਾਨੂੰ? ਇਹ ਇਸ ਤਰ੍ਹਾਂ ਹੈਗਾ ਹਰਕੀਰਤ ਜੀ ਵੀ, ਕਿਉਂਕਿ ਇਹਨਾਂ ਨੇ ਬੈਨ ਲਾਇਆ ਨਾ ਇਮੀਗ੍ਰੇਸ਼ਨ ਦਾ, ਜਿਹੜਾ ਹੁਣ ਇਮੀਗ੍ਰੇਸ਼ਨ ਦੀਆਂ ਇਹ ਕੈਟੇਗਰੀਜ਼ ਨੇ, ਜਿਵੇਂ ਭਰਾ ਭੈਣ ਦੀ ਕੈਟੇਗਰੀ ਆ, ਸਿਟੀਜ਼ਨ ਦੀ F4 ਕੈਟੇਗਰੀ ਆ, ਜਾਂ ਹੁਣ ਸਿਟੀਜ਼ਨ ਆਪਣੇ ਮਾਂ ਬਾਪ ਨੂੰ ਅਪਲਾਈ ਕਰਦਾ ਉਹ ਤਾਂ ਫਸਟ ਪ੍ਰੈਫਰੈਂਸ ਕੈਟੇਗਰੀ ਵੀ ਆ, ਲੇਕਿਨ ਇਹਨਾਂ ਨੇ ਉਹ ਤੇ ਬੈਨ ਲਾਇਆ, ਪਹਿਲਾਂ ਲਾਇਆ ਜੂਨ ਤੱਕ, ਫਿਰ ਲਾਤਾ ਦਸੰਬਰ ਤੱਕ। ਇਹ ਸ਼ਰੇਆਮ ਕਿ ਇਹਨਾਂ ਨੇ ਕਿਹਾ ਕਿ ਅਸੀਂ ਕਿ ਮੈਂ ਟਰੰਪ ਸਾਹਿਬ ਨੇ ਕਿਹਾ ਕਿ ਜਿਹੜੀ ਮੈਰਿਟ ਬੇਸ ਇਮੀਗ੍ਰੇਸ਼ਨ ਹੋਣੀ ਚਾਹੀਦੀ, ਨਾ ਕਿ ਫੈਮਿਲੀ ਬੇਸ। ਅਮਰੀਕਾ ਦੇ ਵਿੱਚ ਹਰਕੀਰਤ ਜੀ ਇਹ ਜਿਹੜੀ ਫੈਮਿਲੀ ਬੇਸ ਇਮੀਗ੍ਰੇਸ਼ਨ ਆ, ਇਹਦਾ ਜਿਹੜਾ ਆਗਾਜ਼ ਹੋਇਆ, ਮੁੱਢ ਹੋਇਆ, ਉਹ ਪ੍ਰੈਜੀਡੈਂਟ ਕੈਨੇਡੀ ਤੋਂ ਹੋਇਆ। ਤੇ ਪ੍ਰੈਜੀਡੈਂਟ ਕੈਨੇਡੀ ਵੇਲੇ ਲਾ ਬਣੇ ਸਨ ਜਿਹੜੇ ਜਿਹਦੀ ਬੇਸ ਤੇ ਆਪਾਂ ਸਾਰੇ ਹੀ ਇੱਥੇ ਜ਼ਿਆਦਾ ਬੰਦੇ ਅਮਰੀਕਾ ਦੇ ਵਿੱਚ ਆਏ ਆ, ਤੇ ਉਹ ਜਿਹੜਾ ਸਿਸਟਮ ਅੱਜ ਤੱਕ ਚੱਲ ਰਿਹਾ। ਤੇ ਇਹਨਾਂ ਦੇ ਮੁਕਾਬਲੇ ਦੇ ਵਿੱਚ ਜੋ ਬਾਈਡਨ ਨੇ ਗੱਲ ਕਹੀ ਆ ਵੀ ਮੈਂ ਜਿਹੜਾ ਫੈਮਿਲੀ ਬੇਸ ਇਮੀਗ੍ਰੇਸ਼ਨ ਆ ਇਹਦੇ ਹੱਕ 'ਚ ਆ, ਇਹਨੂੰ ਰੱਖਾਂਗਾ, ਜਿਹੜੇ ਉਹਦੇ ਐਗਜੈਕਟਿਵ ਆਰਡਰ ਨੇ ਉਹ ਮੈਂ ਤੋੜਾਂਗਾ ਸਾਰੇ। ਸੋ ਇਹ ਲੇਕਿਨ ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਟਰੰਪ ਸਾਹਿਬ ਕਹਿ ਰਹੇ ਨੇ ਵੀ ਇਹ ਸਿਸਟਮ ਹੀ ਗਲਤ ਆ, ਤੇ ਜਿਹੜੇ ਬੰਦੇ ਦੀ ਇਕੋਨਮੀ ਨੂੰ ਲੋੜ ਆ ਉਹਨੂੰ ਆਉਣਾ ਚਾਹੀਦਾ, ਨਾ ਕਿ ਜਿਹੜਾ ਫੋਰਨ ਤੋਂ ਵੀ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ, ਮਾਂ ਬਾਪ ਨੂੰ ਜਾਂ ਮੈਰਿਡ ਬੱਚਿਆਂ ਨੂੰ ਬੁਲਾ ਰਹੇ ਹਾਂ ਭਾਵੇਂ ਕੁਆਲੀਫਾਈਡ ਹੈ ਜਾਂ ਨਹੀਂ। ਪਰ ਹੁਣ ਇਹ ਦੇਖਣ ਵਾਲੀ ਗੱਲ ਹਕੀਰਤ ਜੀ ਇਹ ਆ ਵੀ ਇਕੋਨਮੀ ਨੂੰ ਤਾਂ ਹਰ ਕਿਸਮ ਦੇ ਬੰਦੇ ਦੀ ਲੋੜ ਆ, ਇਕੋਨਮੀ ਨੂੰ ਤਾਂ ਟਰੱਕ ਡਰਾਈਵਰ ਵੀ ਚਾਹੀਦੇ ਆ, ਇਕੋਨਮੀ ਨੂੰ ਤਾਂ ਫਾਰਮ ਵਰਕਰ ਵੀ ਚਾਹੀਦੇ ਆ, ਇਕੋਨਮੀ ਨੂੰ ਡਾਕਟਰ ਵੀ ਚਾਹੀਦੇ ਆ, ਇਕੋਨਮੀ ਨੂੰ ਇੰਜੀਨੀਅਰ ਵੀ ਚਾਹੀਦੇ ਆ, ਇਕੋਨਮੀ ਨੂੰ ਟੀਚਰ ਵੀ ਚਾਹੀਦੇ ਆ, ਇਕੋਨਮੀ ਨੂੰ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਵੀ ਚਾਹੀਦੇ ਆ, ਫਾਰਮ ਲੇਬਰ ਤੇ ਕਲੀਨਿੰਗ ਵਾਲੇ ਵੀ ਚਾਹੀਦੇ ਆ। ਸੋ ਆਪਾਂ ਇਹ ਡਿਫਾਈਨ ਕਿੱਦਾਂ ਕਰ ਸਕਦੇ ਹਾਂ ਕਿ ਇਕੋਨਮੀ ਨੂੰ ਸਿਰਫ ਇੱਥੇ ਇੰਜੀਨੀਅਰ ਜਾਂ ਡਾਕਟਰ ਹੀ ਚਾਹੀਦੇ ਆ? ਸੋ ਇਸ ਕਰਕੇ ਇਹ ਜਿਹੜੀ ਅਮਰੀਕਾ ਦੀ ਡਿਵੈਲਪਮੈਂਟ ਹੋਈ ਹੈ ਫੈਮਿਲੀ ਇਮੀਗ੍ਰੇਸ਼ਨ ਕਰਕੇ ਹੀ ਹੋ।
ਜਿਹੜੀ ਇਹ ਮਤਲਬ ਇੰਨੇ ਸਾਲਾਂ ਦੇ ਵਿੱਚ ਹੋਈ ਆ। ਸੋ ਇਸ ਕਰਕੇ ਇਹਨੂੰ ਜੇ ਮਤਲਬ ਪ੍ਰੈਜ਼ੀਡੈਂਟ ਟਰੰਪ ਦੁਆਰਾ ਜਿੱਤਦੇ ਆ ਤਾਂ ਜਿਹੜੇ ਇਮੀਗ੍ਰੇਸ਼ਨ ਦੇ ਸਾਰੇ ਐਡਵੋਕੇਸੀ ਗਰੁੱਪਸ ਨੇ ਉਹ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਫੇਵਰ ਚ ਨੇ ਉਹ ਫੀਲ ਕਰਦੇ ਨੇ ਕਿ ਇਹ ਲਾਅ ਦਾ ਸ਼ਾਇਦ ਨਾ ਬਦਲ ਸਕਣ, ਕਿਉਂਕਿ ਲਾਅ ਤਾਂ ਇਹਨਾਂ ਦੀ ਕਾਂਗਰਸ ਨੇ ਬਣਾਉਣਾ ਤੇ ਕਾਂਗਰਸ ਨੂੰ ਪਤਾ ਹਾਊਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਆ ਤੇ ਉਹ ਲਾਅ ਤਾਂ ਸ਼ਾਇਦ ਨਾ ਚੇਂਜ ਹੋਵੇ, ਲੇਕਿਨ ਐਗਜ਼ੈਕਟਿਵ ਆਰਡਰਾਂ ਨਾਲ ਡਿਲੇ ਜ਼ਰੂਰ ਕਰ ਸਕਦੇ ਵੀ ਜਿਵੇਂ ਇਹ ਜਿਹੜਾ ਦਸੰਬਰ ਦਾ ਆਰਡਰ ਇਹਨੂੰ ਸਾਲ ਲਈ ਹੋਰ ਕਰ ਦੇਣ ਜਾਂ 2 ਸਾਲ ਲਈ ਕਰ ਦੇਣ। ਉਹਦੇ ਨਾਲ ਜਿਵੇਂ ਹੁਣ ਇੱਕ ਕੈਟਾਗਰੀ 2000 ਜਿਵੇਂ ਹੁਣ ਜਿਹੜੀ F4 ਕੈਟਾਗਰੀ ਭੈਣ ਭਰਾ ਦੀ ਹੈ ਸਿਟੀਜ਼ਨ ਦੀ, ਉੱਥੇ 2005 ਚੱਲ ਰਿਹਾ ਸੀ, ਉਹ ਇਹਨਾਂ ਨੇ ਬੰਦ ਕਰਤਾ, ਉਹ ਹੁਣ 5 ਹੀ ਚੱਲ ਰਿਹਾ, ਉਹ ਹੁਣ ਹੁਣ ਜੇ ਅਗਲੇ ਸਾਲ ਵੀ ਬੰਦ ਕਰਨ 5 ਹੀ ਚੱਲੂ, ਜਿਹੜੇ 8, 9, 10 ਅਪਲਾਈ ਕੀਤਾ ਉਹਨਾਂ ਦੀ ਵਾਰੀ ਕਦੋਂ ਆਏਗੀ, ਉਹਦੇ ਨਾਲ ਇਹ ਡਿਲੇ ਆ। ਸੋ ਇਸ ਕਰਕੇ ਇਹ ਖਦਸ਼ਾ ਹੈਗਾ ਕਿ ਇਹ ਮਤਲਬ ਇਹਨੂੰ ਏਦਾਂ ਡਿਲੇ ਕਰ ਸਕਦੇ, ਪਰ ਇਹ ਲਾਅ ਨਹੀਂ ਚੇਂਜ ਕਰ ਸਕਦੇ। ਲਾਅ ਜਿਹੜਾ ਬਣਿਆ ਉਹ ਜਿੰਨੀ ਦੇਰ ਤੱਕ ਇਹਨਾਂ ਦੀ ਜਿਹੜੀ ਕਾਂਗਰਸ ਹੈ ਹਾਊਸ ਆਫ ਰੈਪ੍ਰੈਜੈਂਟੇਟਿਵ ਤੇ ਸੈਨੇਟ ਉਹਦੇ ਵਿੱਚੋਂ ਪਾਸ ਨਹੀਂ ਹੁੰਦਾ, ਉਹਦੇ ਵਿੱਚੋਂ ਪਾਸ ਹੋਣਾ ਮੁਸ਼ਕਲ ਹੈ, ਕਿਉਂਕਿ ਹਾਊਸ ਦੇ ਵਿੱਚ ਤਾਂ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਹੈ ਜੋ ਕਿ ਲੱਗਦਾ ਰਹੇਗੀ ਅੱਗੇ ਨੂੰ ਵੀ। ਤੇ ਅਮਰੀਕਾ ਦੇ ਇੱਕ ਨੋਰਮ ਵੀ ਹੈਗਾ ਰਕੀਰਤ ਜੀ ਵੀ ਜਿਹੜੀ ਸੈਕਿੰਡ ਟਰਮ ਹੁੰਦੀ ਹੈ ਨਾ ਪ੍ਰੈਜੀਡੈਂਟ ਦੀ, ਜੇ ਉਹ ਹੋਵੇ ਤਾਂ ਉਹਦੇ ਵਿੱਚ ਹਾਊਸ ਤੇ ਜਿਹੜੀ ਸੈਨੇਟ ਹੈਗੀ ਉਹ ਦੂਜੀ ਪਾਰਟੀ ਦੀ ਹੋ ਜਾਂਦੀ ਆ। ਬਰਾਕ ਓਬਾਮਾ ਵੇਲੇ ਵੀ ਜਿਹੜੀ ਹਾਊਸ ਤੇ ਸੈਨੇਟ ਸੀਗੇ ਉਹ ਸੀਗੇ ਰਿਪਬਲਿਕਨ ਹੋ ਗਏ ਸੀ, ਤੇ ਜਦੋਂ ਪ੍ਰੈਜੀਡੈਂਟ ਬੁਸ਼ ਸੀਗੇ ਉਦੋਂ ਸੈਕਿੰਡ ਟਰਮ ਦੇ ਵਿੱਚ ਡੈਮੋਕ੍ਰੈਟ ਆ ਗਏ ਸੀ ਹਾਊਸ ਤੇ ਸੈਨੇਟ ਦੇ ਵਿੱਚ ਤੋਂ ਮੈਜੋਰਟੀ। ਸੋ ਇਸ ਕਰਕੇ ਲਾਲੂ ਤਾਂ ਨਹੀਂ ਬਣਨਾ ਪਰ ਉਦਾਂ ਇਹ ਡਿਲੇ ਕਰ ਸਕਦੇ ਆ, ਤੇ ਉਹ ਇਹਨਾਂ ਦੀ ਮਨਸ਼ਾ ਹੈਗੀ ਹੈ। ਤਾਂ ਉਹ ਤਾਂ ਇਹਨਾਂ ਨੇ ਕਿਹਾ ਹੀ ਆ ਕਿ ਮੈਂ ਮਤਲਬ ਮੈਰਿਟ ਬੇਸ ਇਮੀਗ੍ਰੇਸ਼ਨ ਚਾਹੁੰਦਾ ਤਾਂ ਹੋ ਸਕਦਾ ਐਗਜ਼ੈਕਟਿਵ ਆਰਡਰ ਦੇ ਨਾਲ ਹੀ ਸਾਲ 2 ਸਾਲ ਇਹਨੂੰ ਹੋਰ ਡਿਲੇ ਕਰ ਦੇਣ ਜੇ ਜਿੱਤਦੇ ਆ ਤਾਂ। ਵਕੀਲ ਸਾਹਿਬ, ਇੱਕ ਅਹਿਮ ਮਸਲਾ ਸਾਡੇ ਸਿੱਖ ਡਾਇਸਪੋਰਾ ਨਾਲ ਵੀ ਸੰਬੰਧਿਤ ਹੈ ਔਰ ਉਹ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਬੰਧਿਤ ਹੋ ਸਕਦਾ ਹੈ, ਕਿਉਂਕਿ ਜਿਹੜਾ ਆਰਡੀਨੈਂਸ ਬਿੱਲ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਬਕਾਇਦਾ ਲਾਗੂ ਕੀਤਾ ਗਿਆ ਉਹਦਾ ਕੀ ਮਾੜਾ ਅਸਰ ਹੋ ਸਕਦਾ ਹੈ, ਕਿਉਂਕਿ ਕਈ ਸਾਰੇ ਜਿਹੜੇ ਸਾਡੇ ਪੰਜਾਬੀ ਹਨ ਪਹਿਲਾਂ ਹੀ ਉਹ ਕਰਜ਼ੇ ਦੀ ਮਾਰ, ਮੌਸਮ ਦੀ ਮਾਰ, ਕੀਟਨਾਸ਼ਕ ਦਵਾਈਆਂ ਦੀ ਮਾਰ ਝੇਲ ਰਹੇ ਨੇ, ਹੁਣ ਉਸ ਤੋਂ ਇਲਾਵਾ ਆਰਡੀਨੈਂਸ ਬਿੱਲ ਵੀ ਜਿਹੜਾ ਹੈਗਾ ਉਹਨਾਂ ਦੇ ਮੋਢਿਆਂ ਤੇ ਲਾ ਕੇ ਖੜਾ ਕਰ ਦਿੱਤਾ ਹੈ, ਤੇ ਉਹ ਜ਼ਰੂਰ ਕੂਚ ਕਰਨਗੇ ਅਮਰੀਕਾ ਕੈਨੇਡਾ ਜਾਣ ਦੀ, ਕਿਉਂਕਿ ਜਿਹੜੀ ਫਾਰਮਿੰਗ ਉੱਥੇ ਕਰਦੇ ਸੀਗੇ ਉਹ ਫਾਰਮਿੰਗ ਹੁਣ ਉਹਨਾਂ ਨੂੰ ਨਹੀਂ ਕਰਨ ਨੂੰ ਮਿਲ ਸਕਦੀ, ਕਿਉਂਕਿ ਕਈ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਹਨਾਂ ਦੇ ਜਿਹੜੇ ਹੱਕ ਨੇ ਉਹ ਲਿੱਤੇ ਜਾ ਰਹੇ ਹਨ। ਸੋ ਹੁਣ ਆਪਣੇ ਮਨ ਬਣਾਉਣਗੇ ਅਮਰੀਕਾ ਆਉਣ ਦਾ ਜਾਂ ਮਨ ਬਣਾਉਣਗੇ ਕਿ ਅਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਫਾਰਮਿੰਗ ਕਰ ਲਈਏ, ਪਰ ਜਿਵੇਂ ਕੈਲੀਫੋਰਨੀਆ ਦੀ ਗੱਲ ਕਰੀਏ ਫਾਰਮਿੰਗ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਸੂਬਾ ਬਣਿਆ ਜਾਂਦਾ ਹੈ ਅਮਰੀਕਾ ਦੇ ਵਿੱਚ, ਸੋ ਉਹਨਾਂ ਦੇ ਲਈ ਕੀ ਐਡਵਾਈਸ ਹੈ, ਤੁਹਾਨੂੰ ਕੀ ਲੱਗਦਾ? ਇਸ ਤਰ੍ਹਾਂ ਹਕੀਰਤ ਜੀ ਵੀ ਜਿਹੜੇ ਬੰਦੇ ਇੱਥੇ ਅਨਡਾਕੂਮੈਂਟਡ ਤਰੀਕੇ ਨਾਲ ਮਤਲਬ ਕੈਂਪਾਂ ਦੇ ਵਿੱਚ ਆਉਂਦੇ ਆ, ਅਸੀਂ ਜ਼ਮਾਨਤਾਂ ਕਰਾਈਆਂ ਕਾਫੀ ਕਰਾਉਂਦੇ ਆ ਜਾਂ ਉਹਨਾਂ ਦੇ ਕੇਸ ਲੜਦੇ ਆ, ਉਹਨਾਂ ਵਿੱਚੋਂ 90% ਤੋਂ ਉੱਪਰ ਬੰਦੇ ਜਿਹੜੇ ਆ ਫਾਰਮਿੰਗ ਕਮਿਊਨਿਟੀ ਨਾਲ ਹੀ ਸੰਬੰਧ ਰੱਖਦੇ ਆ ਪੰਜਾਬ 'ਚ, ਮਤਲਬ ਪਿੰਡਾਂ 'ਚੋਂ ਆਉਂਦੇ ਆ। ਤੇ ਫਾਰਮਿੰਗ ਦਾ ਤਾਂ ਅੱਗੇ ਇੰਨਾ ਬੁਰਾ ਹਾਲ ਆ ਵੀ ਉੱਥੇ ਜੇ ਇੰਨੀਆਂ ਜੋਬ ਅਪਰਚੁਨਿਟੀ ਹੋਵੇ ਜਾਂ ਫਾਰਮਿੰਗ ਲਾਹੇਵੰਦ ਹੋਵੇ ਤਾਂ ਇੱਦਾਂ ਦੇ ਲੋਕੀ ਮੈਕਸੀਕੋ ਦੇ ਬਾਰਡਰ ਰਾਹੀਂ ਏਜੰਟਾਂ ਨੂੰ ਲੱਖਾਂ ਰੁਪਇਆ ਦੇ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਕਿਉਂ ਆਉਣ ਇਹਨਾਂ ਮੁਲਕਾਂ ਦੇ ਵਿੱਚ। ਤੇ ਉੱਤੋਂ ਜਿਹੜੇ ਆਰਡੀਨੈਂਸ ਬਣਾਏ ਆ ਇਹਦੇ ਵਿੱਚ ਹਰਕੀਰਤ ਜੀ ਜਿਹੜਾ ਹੈਗਾ ਉਹ ਇਹ ਜਿਹੜੀਆਂ ਮੇਨ ਗੱਲਾਂ ਉਹਦੇ ਚ ਬੇਸਿਕਲੀ ਇਹ ਆ, ਮੈਂ ਪੜ੍ਹਿਆ ਆਰਡੀਨੈਂਸ ਸਾਰੇ ਕਿਉਂਕਿ ਮੈਨੂੰ ਕਾਫੀ ਆਪਣੇ ਕਿਉਂਕਿ ਸਾਡੇ ਜਿਹੜੇ NRI ਇੱਥੇ ਪੱਕੇ ਵੀ ਹੈਗੇ ਨੇ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਨੇ ਉਹ ਵੀ ਜ਼ਿਆਦਾ ਜਿਹੜੇ ਅਮਰੀਕਾ ਕੈਨੇਡਾ 'ਚ ਆਏ ਆ ਉਹ ਪਿੰਡਾਂ 'ਚੋਂ ਹੀ ਆਏ ਆ, ਉਹਨਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਪਿੰਡਾਂ ਦੇ ਵਿੱਚ, ਤੇ ਉਹ ਸਾਰੇ ਚਿੰਤਤ ਸੀਗੇ। ਮੈਨੂੰ ਬਹੁਤ ਕੌਲਾਂ ਆਈਆਂ, ਮੈਂ ਸਟੱਡੀ ਕੀਤਾ ਇਹਨੂੰ ਆ ਵੀਕਐਂਡ ਤੇ। ਤੇ ਇਹਦੇ 'ਚ ਬੇਸਿਕਲੀ ਇਹ ਆ ਕਿ ਇਹਨਾਂ ਨੇ ਕੀ ਕੀਤਾ ਵੀ ਜਿਹੜਾ ਇੰਡੀਆ ਦਾ ਸਿਸਟਮ ਹੈਗਾ ਉਹਨੂੰ ਕਾਫੀ ਹੱਦ ਤੱਕ ਚੇਂਜ ਕੀਤਾ ਹੈ। ਜਿਹੜੇ ਆਰਡੀਨੈਂਸ ਨੇ ਸ਼ਾਂਤਾ ਕੁਮਾਰ ਦੀ ਰਿਪੋਰਟ ਆਈ ਸੀ 2015 'ਚ ਉਹਦੀ ਬੇਸ ਤੇ ਨੇ ਜ਼ਿਆਦਾ, ਤੇ ਉਹ ਜਿਹੜੀ ਰਿਪੋਰਟ ਮੈਂ ਪੜ੍ਹੀ ਆ ਉਹਦੇ ਵਿੱਚ ਬੇਸਿਕਲੀ ਇਹ ਸੀਗਾ ਕਿ ਜਿਹੜੀ FCI ਦੀ ਪ੍ਰੋਕਿਓਰਮੈਂਟ ਆ, ਜਿਹੜੀ FCI ਉੱਥੇ ਫਸਲ ਖਰੀਦੀ ਆ, ਵੀ ਉਹਨੂੰ ਜਿਹੜੀਆਂ ਸਟੇਟਾਂ ਨੇ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਵੀ ਇਹਨਾਂ 'ਚ ਬੰਦ ਕੀਤਾ ਜਾਵੇ ਤੇ MSP ਜਿਹੜੀ ਖਤਮ ਕੀਤੀ ਜਾਵੇ, ਜਿਹੜੀ ਕਿ ਇਹਨਾਂ ਦੀ ਮਿਨੀਮਮ ਜਿਹੜੀ ਹੈਗੀ ਸਪੋਰਟ ਪ੍ਰਾਈਸ। ਤੇ ਜੇ FCI ਪ੍ਰੋਕਿਓਰ ਨਹੀਂ ਕਰੇਗੀ, ਗਵਰਨਮੈਂਟ ਪ੍ਰੋਕਿਓਰ ਨਹੀਂ ਕਰੇਗੀ, ਤਾਂ ਜਿਹੜੀ ਉਹ ਫਸਲ ਹੈਗੀ ਆ ਉਹਨੂੰ ਜਿਹੜੇ ਪ੍ਰਾਈਵੇਟ ਬੰਦੇ ਨੇ, ਜਿਹੜੇ ਪ੍ਰਾਈਵੇਟ ਬਾਇਰ ਲੈਣ, ਤੇ ਇਹਨਾਂ ਨੇ ਇਹ 'ਚ ਲਿਖਿਆ ਕਿ ਉਹ ਬਾਇਰ ਕੋਈ ਵੀ ਹੋ ਸਕਦਾ, ਮਤਲਬ ਇਹਨਾਂ ਕਾਨੂੰਨਾਂ ਦੇ ਵਿੱਚ ਵੀ ਉਹ ਚਾਹੇ ਉਹਦੇ ਕੋਲੇ ਇੱਕ ਸਿੰਪਲ ਜਿਹੜਾ ਇਨਕਮ ਟੈਕਸ ਨੰਬਰ ਹੋਵੇ, ਪੈਨ ਕਾਰਡ ਹੋਵੇ, ਉਹ ਵੀ ਬਾਇਰ ਬਣ ਸਕਦਾ। ਤੇ ਮੰਡੀ ਸਿਸਟਮ ਜਿਹੜਾ ਸੀਗਾ ਉਹ ਖਤਮ ਕਰਤਾ ਉਹਨਾਂ ਨੇ, ਕਹਿਤਾ ਕਿ ਜਿਹੜਾ ਕਿਸਾਨ ਆ ਉਹ ਮੰਡੀ ਤੋਂ ਬਾਹਰ ਵੀ ਆਪਣੇ ਜਿਹੜਾ ਹੈਗਾ ਸਟੇਟ ਤੋਂ ਬਾਹਰ ਵੀ ਵੇਚ ਸਕਦਾ, ਸਟੇਟ ਦੇ ਵਿੱਚ ਵੀ ਵੇਚ ਸਕਦਾ, ਪਰ ਮੰਡੀ ਤੋਂ ਬਾਹਰ ਜਿਹੜਾ ਪ੍ਰਾਈਵੇਟ ਬਾਇਰ ਆ ਉਹ ਉਹਦੇ ਰਾਹੀਂ ਉਹਨੂੰ ਵੇਚ ਸਕਦਾ। ਪਰ ਬੇਸਿਕਲੀ ਇਹ ਗੱਲ ਦਾ ਪਿੱਛੇ ਮਤਲਬ ਇਹ ਸੀ ਵੀ ਜਿਹੜੀ ਸੈਂਟਰਲ ਗਵਰਨਮੈਂਟ ਆ ਇਹਦੀ ਖਰੀਦ ਨਹੀਂ ਕਰੂਗੀ। ਹੁਣ ਜੇ ਸੈਂਟਰਲ ਗਵਰਨਮੈਂਟ ਖਰੀਦ ਨਹੀਂ ਕਰੂਗੀ ਤਾਂ ਉਹਦੇ 'ਚ ਕੀ ਹੋਊਗਾ ਵੀ ਕਿਸਾਨ ਨੂੰ ਘੱਟ ਪੈਸੇ, ਕਿਉਂਕਿ ਜਿਹੜਾ ਪ੍ਰਾਈਵੇਟ ਬਾਇਰ ਆ ਉਹ ਕਿਸਾਨ ਦਾ ਭਲਾ ਥੋੜ੍ਹੀ ਕਰੂਗਾ, ਉਹ ਤਾਂ ਇੱਕ ਬਿਜ਼ਨਸਮੈਨ ਆ, ਉਹਦੀ ਕੋਸ਼ਿਸ਼ ਹੋਊਗੀ ਕਿ ਮੈਂ ਘੱਟ ਤੋਂ ਘੱਟ ਜਿਹੜੇ ਹੈਗੇ ਆ ਉਹ ਪੈਸੇ ਦਵਾਂ। ਤੇ ਇੱਕ ਇਹਦੇ 'ਚ ਕੋਈ ਵੀ ਲਾਅ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਪ੍ਰਾਈਸ ਫਿਕਸੇਸ਼ਨ ਨਾ ਹੋਵੇ, ਜਿਵੇਂ ਇੱਥੇ ਐਂਟੀ ਟਰੱਸਟ ਲਾਅ ਹੁੰਦੇ ਆ ਅਮਰੀਕਾ ਦੇ ਵਿੱਚ,
ਉਹਦੇ ਚ ਕੋਈ ਨੀ ਹੈਗੀ, ਉਹ ਤਾਂ ਜਿਹੜੇ ਪੰਜ ਪੈਰ ਦਸ ਆਪ ਰਲ ਕੇ ਫੈਸਲਾ ਕਰ ਸਕਦੇ ਅਸੀਂ ਤਾਂ ਇੰਨੇ ਦੀ ਲੈਣੀ ਹੈ ਤੇ ਉਹਦਾ ਕਿਸਾਨ ਨੂੰ ਫੈਸਲਾ ਹੋਏਗਾ। ਸੋ ਇਹਦੇ ਚ ਬੇਸਿਕਲੀ ਜਿਹੜੇ ਮਤਲਬ ਕੁੱਲ ਮਿਲਾ ਕੇ ਲਾਅ ਨੇ ਕਿਸਾਨਾਂ ਦੇ ਅਗੇਂਸਟ ਨੇ, ਕਿਸਾਨ ਮਾਰੂ ਨੇ, ਤੇ ਇਹਦਾ ਬਹੁਤ ਜ਼ਿਆਦਾ ਮਾੜਾ ਅਸਰ ਪਏਗਾ ਪੰਜਾਬ ਦੀ ਇਕੋਨਮੀ ਤੇ ਕਿਸਾਨਾਂ ਦੀ ਇਕੋਨਮੀ ਤੇ, ਉਹਦੇ ਨਾਲ ਜਿਹੜੀ ਬਾਹਰ ਜਿਹੜੀ ਇਮੀਗ੍ਰੇਸ਼ਨ ਹੁੰਦੀ ਹੈ ਚਾਹੇ ਡਾਕੂਮੈਂਟਡ ਚਾਹੇ ਅਨਡਾਕੂਮੈਂਟਡ ਆ, ਉਹ ਬਹੁਤ ਜ਼ਿਆਦਾ ਵੱਧ ਜਾਏਗੀ ਅਗਲੇ ਦਿਨਾਂ ਦੇ ਵਿੱਚ। ਤੇ ਇਹਨਾਂ ਨੂੰ ਜਿਹੜਾ ਹਰਕੀਰਤ ਜੀ ਉੱਥੇ ਕਰਨ ਦੀ ਲੋੜ ਹੈਗੀ ਇਹਦੇ ਵਿੱਚ, ਇਹਨਾਂ ਚ ਇੱਕ ਤਾਂ ਇਹ ਹੈਗਾ ਕਿ ਜਿਹੜੀ ਐਮ ਐਸ ਪੀ ਹੈਗੀ ਉਹ ਨੀ ਖਤਮ ਹੋਣੀ ਚਾਹੀਦੀ। ਦੂਸਰਾ ਇਹ ਆ ਕਿ ਜੇ ਐਮ ਐਸ ਪੀ ਨੂੰ ਕੋਈ ਮੰਨੇ ਹੀ ਨਾ, ਜਿੰਨੀ ਮਰਜ਼ੀ ਰੱਖ ਦੇਣ, ਹੁਣ ਇਹਨਾਂ ਨੇ ਹੁਣ ਮੱਕੀ ਦੀ ਐਮ ਐਸ ਪੀ ਰੱਖੀ ਆ ਕਿ ਜੀ ਇੰਨੇ ਦੀ ਹੋਊਗੀ 1800 ਦੀ ਤੋਂ ਵਿਕਦੀ ਪਈ ਆ 600 ਤੇ, ਉਹਦੇ ਵਾਸਤੇ ਇਹਨਾਂ ਨੂੰ ਕਾਨੂੰਨ ਇਹ ਬਣਾਉਣਾ ਪਏਗਾ ਵੀ ਜਿਹੜਾ ਉਸ ਤੋਂ ਘੱਟ ਖਰੀਦੇਗਾ ਉਹਦੇ ਖਿਲਾਫ਼ ਕ੍ਰਿਮੀਨਲ ਪੈਨਲਟੀ ਹੋਏਗੀ, ਕਿ ਉਸ ਤੋਂ ਜੇ ਘੱਟ ਕੋਈ ਬਾਇਰ ਲਏਗਾ ਤਾਂ ਉਹ ਤੇ ਮਤਲਬ ਉਹ ਕ੍ਰਾਈਮ ਆ ਉਹ। ਤੀਸਰਾ ਜੇ ਕੋਈ ਬਾਇਰ ਨਹੀਂ ਖਰੀਦੇਗਾ, ਕਿਉਂਕਿ ਪ੍ਰਾਈਵੇਟ ਬਾਇਰ ਤੇ ਕਿਹੜਾ ਜ਼ੋਰ ਆ ਕੋਈ ਵੀ ਜ਼ਰੂਰ ਖਰੀਦੂ ਆ, ਤਾਂ ਐਫ ਸੀ ਆਈ ਜਿਹੜੀ ਹੈਗੀ ਆ ਉਹ ਆਪਣੀ ਜਿਹੜੀ ਖਰੀਦੇ ਜਿਵੇਂ ਅੱਗੇ ਖਰੀਦੀ ਆ ਕਿ ਜਾਣੀ ਕਿ ਮੰਡੀਆਂ ਦੇ ਵਿੱਚ ਜਿਹੜੀ ਸਰਕਾਰ ਖਰੀਦ ਕਰੇ ਉਹਦੀ, ਤੇ ਉਹਦੇ ਨਾਲ ਨਾਲ ਜਿਹੜੇ ਐਂਟੀ ਜਿਹੜੇ ਕਿ ਆਪਸ ਚ ਜਿਹੜੀ ਪ੍ਰਾਈਸ ਫਿਕਸੇਸ਼ਨ ਨਾ ਹੋਵੇ, ਐਂਟੀ ਟ੍ਰਸਟ ਲਾਅ ਹੁੰਦੇ ਨੇ ਉਹ ਬਣਨ, ਤਾਂ ਕਿ ਇਹ ਆਪਸ ਚ ਰਲਣ ਨਾ ਜਿਹੜੇ ਬਾਇਰ ਨੇ। ਇਹ ਸਾਰੀਆਂ ਇਹਦੇ ਚ ਅਮੈਂਡਮੈਂਟਾਂ ਹੋਣੀਆਂ ਚਾਹੀਦੀਆਂ। ਜੇ ਇਹ ਨਹੀਂ ਹੁੰਦੀਆਂ, ਜਿਸ ਰੂਪ ਦੇ ਵਿੱਚ ਹੁਣ ਬਿੱਲ ਹੈਗੇ ਜੇ ਇੱਦਾਂ ਹੀ ਪਾਸ ਹੋ ਕੇ ਲਾਅ ਬਣ ਜਾਂਦੇ ਆ, ਤਾਂ ਇਹ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਹੈ। ਕਿਸਾਨਾਂ ਦੀ ਫਸਲ ਤਾਂ ਕਿਸਾਨ ਤਾਂ ਅੱਜ ਰੋਈ ਜਾਂਦੇ ਵੀ ਸਾਨੂੰ ਕੁਛ ਨਹੀਂ ਬਚਦਾ, ਉਦੋਂ ਜਦੋਂ ਹੁਣ ਪ੍ਰਾਈਸ ਹੀ ਨਾ ਮਿਲੀ ਉਹਨਾਂ ਨੂੰ, ਤਾਂ ਉਹ ਫਿਰ ਮਜਬੂਰ ਹੋ ਜਾਣਗੇ ਆਪਣੇ ਜ਼ਮੀਨਾਂ ਵੇਚ ਕੇ ਬਾਹਰ ਆਉਣ ਲਈ ਜਾਂ ਹੋਰ ਕਰਨ ਲਈ। ਇਹਦੇ ਚ ਪੰਜਾਬ ਦੀ ਬਰਬਾਦੀ ਆ, ਤੇ ਇਸ ਕਰਕੇ ਅਸੀਂ ਜਿਹੜੇ ਬਾਹਰ ਦੇ ਲੋਕ ਆ ਸਾਰੇ ਕਿਸਾਨਾਂ ਦੇ ਨਾਲ ਆ, ਤੇ ਇਹ ਵਾਕਈ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ। ਠੀਕ ਹੈ, ਜਿਹਨਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਨੇ ਹੋਰ ਚਾਹੁੰਦੇ ਹਨ ਕਿ ਉਹ ਇੱਥੇ ਆ ਜਾਣ, ਸੋ ਉਹਨਾਂ ਦੇ ਲਿਹਾਜ਼ ਨਾਲ ਕੀ ਕਰ ਸਕਦੇ ਨੇ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ? ਅਜੇ ਤਾਂ ਹਰਕੀਰਤ ਜੀ ਕੁਛ ਵੀ ਨਹੀਂ ਕਰ ਸਕਦੇ, ਅਸੀਂ ਤਾਂ ਆਪ ਕਹਿੰਦੇ ਆ ਵੀ ਇਲੀਗਲ ਤਰੀਕੇ ਨਾਲ ਨਾ ਆਓ, ਕਿਉਂਕਿ ਇੱਥੇ ਉਹ ਕੈਂਪਾਂ ਦਾ ਹਾਲ ਇਹ ਆ ਕਿ ਪਿੱਛੇ ਖਬਰ ਆਈ ਸੀਗੀ ਕਿ ਕਈ ਲੇਡੀਜ਼ ਜਿਹੜੀਆਂ ਸੀ ਉਹਨਾਂ ਨੂੰ ਕੋਈ ਜਾਣੀ ਕਿ ਪ੍ਰੋਬਲਮ ਆ ਗਈ ਬਲੀਡਿੰਗ ਦੀ, ਤੇ ਉਹਨਾਂ ਦੇ ਚੱਕ ਕੇ ਇਹਨਾਂ ਨੇ ਯੂਟਰਸ ਹੀ ਕੱਢਤੇ, ਤੇ ਇਸ ਕਰਕੇ ਉਹ ਬੜਾ ਵੱਡਾ ਮਸਲਾ ਬਣਿਆ ਹੋਇਆ। ਇੱਕ ਵਿਸਲ ਬਲੋਅਰ ਨੇ ਕੋਈ ਹੈਗੀ ਨਰਸ ਉਹਨੇ ਮਤਲਬ ਇਸ਼ੂ ਕ੍ਰੀਏਟ ਕੀਤਾ। ਸੋ ਇੱਥੇ ਕੈਂਪਾਂ ਦਾ ਇਹ ਹਾਲ ਆ, ਨਾ ਉੱਥੇ ਚੰਗੀ ਮੈਡੀਕਲ ਫੈਸਿਲਿਟੀ ਆ, ਜਦੋਂ ਬੰਦਾ ਆਉਂਦਾ ਕ੍ਰੈਡੀਬਲ ਫੀਅਰ ਚੋਂ ਫੇਲ ਕਰਕੇ ਡਿਪੋਰਟ ਕਰ ਦਿੰਦੇ ਨੇ, ਹਰ 2 ਵੀਕਾਂ ਬਾਅਦ ਜਹਾਜ਼ ਭਰ ਕੇ ਜਾਂਦਾ ਇੱਥੇ ਇੰਡੀਆ। ਸੋ ਜੇ ਤੁਸੀਂ ਇੱਥੇ ਆਓਗੇ, ਜਿਹੜੀ ਐਡਮਿਨਿਸਟ੍ਰੇਸ਼ਨ ਇੰਨੀ ਸਖਤ ਹੈਗੀ ਆ ਵੀ ਇਹਨਾਂ ਨੇ ਜੇਲ੍ਹਾਂ ਚੋਂ ਤਾਂ ਬਾਹਰ ਆਉਣ ਨਹੀਂ ਦੇ, ਬਹੁਤ ਘੱਟ ਬੰਦਿਆਂ ਨੂੰ ਪਾਉਣ ਹੁੰਦਾ। ਸੋ ਬਟ ਲੀਗਲ ਪਟੀਸ਼ਨ ਵਿਲ ਬੀ ਗੁੱਡ ਫਾਰ ਦੈਮ। ਕਿਹੜੀ ਪਟੀਸ਼ਨ ਜੀ? ਜੀ ਫੈਮਿਲੀ ਬੇਸ ਪਟੀਸ਼ਨਸ ਜਿਹੜੀਆਂ, ਫੈਮਿਲੀ ਬੇਸ ਪਟੀਸ਼ਨ ਹੈਗੀਆਂ, ਪਰ ਉਹ ਵੀ ਜੇ ਹੁਣ ਟਰੰਪ ਸਾਹਿਬ ਦਾ ਬੈਨ ਹਟੂਗਾ ਤਾਂ ਆ, ਤੇ ਜੇ ਹੁਣ ਟਰੰਪ ਸਾਹਿਬ ਦੁਬਾਰਾ ਫੇਰ ਆ ਗਏ ਤੇ ਇਹਨਾਂ ਨੇ ਬੈਨ ਐਕਸਟੈਂਡ ਕਰਤਾ, ਤੇ ਉਹ ਤਾਂ ਨਹੀਂ ਆ। ਮਤਲਬ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਤਾਂ ਚੰਗੀ ਆ, ਉਹ ਤਾਂ ਹੋਣੀ ਚਾਹੀਦੀ ਆ, ਪਰ ਇਹ ਆ ਵੀ ਜੇ ਹੁਣ ਜੋ ਬਾਈਡਨ ਆਉਂਦੇ ਆ ਉਹਨਾਂ ਨੇ ਕਿਹਾ ਵੀ ਮੈਂ ਫੈਮਿਲੀ ਬੇਸ ਇਮੀਗ੍ਰੇਸ਼ਨ ਨੂੰ ਵੀ ਆਰਡਰ ਕਰਾਂਗਾ, ਵੈਸੇ ਵੀ ਜਿਹੜੇ ਹਾਲਤ ਹੈਗੀ ਡਿਟੈਂਸ਼ਨ ਸੈਂਟਰਾਂ ਦੀ ਉਹ ਸਖਤੀ ਘੱਟ ਹੋਏਗੀ। ਸੋ ਕੁੱਲ ਮਿਲਾ ਕੇ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਤਾਂ ਜਿਹੜਾ ਇਸ ਟਾਈਮ ਤੇ ਜੋ ਬਾਈਡਨ ਦੀਆਂ ਪਾਲਿਸੀਜ਼ ਨੇ, ਸੋ ਜਿਹੜੇ ਹਾਂ ਸੋ ਜਿਹੜੀਆਂ ਟਰੰਪ ਸਾਹਿਬ ਦੀਆਂ ਪਾਲਿਸੀਜ਼ ਨੇ, ਚਾਹੇ ਉਹ ਲੀਗਲ ਇਮੀਗ੍ਰੇਸ਼ਨ ਆ ਚਾਹੇ ਉਹ ਇਲੀਗਲ ਇਮੀਗ੍ਰੇਸ਼ਨ ਆ, ਦੋਨਾਂ ਲਈ ਖਰਾਬ ਨੇ। ਅਸੀਂ ਇਲੀਗਲ ਇਮੀਗ੍ਰੇਸ਼ਨ ਦੇ ਹੱਕ 'ਚ ਨਹੀਂ ਹੈਗੇ, ਅਸੀਂ ਸਾਨੂੰ ਪਤਾ ਹੈ ਕਿੰਨੇ ਲੋਕ ਔਖੇ ਆਉਂਦੇ ਆ, ਗਲਤ ਆ, ਇਲੀਗਲ ਤਰੀਕੇ ਨਾਲ ਅਮਰੀਕਾ 'ਚ ਨਹੀਂ ਆਉਣਾ ਚਾਹੀਦਾ, ਪਰ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਨਹੀਂ ਬੰਦ ਹੋਣੀ ਚਾਹੀਦੀ। ਜੇ ਲੀਗਲ ਇਮੀਗ੍ਰੇਸ਼ਨ ਬੰਦ ਹੋ ਗਈ ਤਾਂ ਫਿਰ ਤਾਂ ਮਤਲਬ ਜਿਹੜਾ ਹੈਗਾ ਲੋਕੀ ਵਿਚਾਰੇ 15-20 ਸਾਲ ਤੋਂ ਡੀਗ ਰਹੇ ਆ, ਉਹ ਬੜੀ ਮਾੜੀ ਗੱਲ ਆ। ਸੋ ਜਿਹੜੀ ਇਸ ਐਡਮਿਨਿਸਟ੍ਰੇਸ਼ਨ ਦੀ ਇਹ ਪਾਲਿਸੀ ਆ ਵੀ ਲੀਗਲ ਇਮੀਗ੍ਰੇਸ਼ਨ ਨੂੰ ਵੀ ਬੰਦ ਕਰ ਦਿਓ, ਉਹ ਗਲਤ ਆ। ਸੋ ਇਸ ਲਿਹਾਜ਼ ਨਾਲ ਜਿਹੜੀਆਂ ਜੋ ਬਾਈਡਨ ਦੀਆਂ ਪਾਲਿਸੀਜ਼ ਨੇ ਉਹ ਜ਼ਿਆਦਾ ਬੈਟਰ ਨੇ, ਮਤਲਬ ਐਸ ਫਾਰ ਐਸ ਇਮੀਗ੍ਰੇਸ਼ਨ ਇਸ ਕੰਸਰਨਡ ਤੇ ਬਾਹਰ ਦੇ ਬੰਦਿਆਂ ਲਈ। ਜੀ, ਟੀਵੀ ਸਕਰੀਨ ਦੇ ਉੱਤੇ ਬਕਾਇਦਾ ਜਿਹੜੇ ਨੰਬਰ ਚੱਲ ਰਹੇ ਨੇ, ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਆਫਿਸ ਜਿਹੜਾ ਹੈਗਾ, ਇਹਨਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਫਿਸ ਨੇ, ਤੁਸੀਂ ਕੰਟੈਕਟ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਈਮੇਲ ਆਈਡੀ ਦੇ ਉੱਤੇ ਵੀ ਆਪਣੇ ਸਵਾਲ ਲੈ ਕੇ ਭੇਜ ਸਕਦੇ ਹੋ ਫ੍ਰੀ ਪਰਸਨਲ ਕੰਸਲਟੇਸ਼ਨ ਲਈ। ਐਨੀ ਟਾਈਮ ਯੂ ਕੈਨ ਕਾਲ ਟੂ ਜਸਪ੍ਰੀਤ ਸਿੰਘ ਜੀ, ਔਰ ਕੋਈ ਵੀ ਤੁਹਾਡਾ ਸਵਾਲ ਹੈਗਾ ਸਿਟੀਜ਼ਨਸ਼ਿਪ ਦੇ ਲਈ, ਤੁਹਾਡਾ ਕੋਈ ਸਵਾਲ ਹੈਗਾ ਗ੍ਰੀਨ ਕਾਰਡ ਨੂੰ ਲੈ ਕੇ, ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਆਪਣਾ ਕੇਸ ਅਪਲਾਈ ਕੀਤਾ ਹੋਇਆ ਸਾਹਮਣੇ ਤੋਂ ਕੋਈ ਜਵਾਬ ਨਹੀਂ ਆ ਰਿਹਾ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਔਰ ਵੈਨ ਇਟ ਕਮਸ ਟੂ ਐਨੀ ਇਮੀਗ੍ਰੇਸ਼ਨ ਪ੍ਰੋਬਲਮ, ਜਸਪ੍ਰੀਤ ਸਿੰਘ ਜੀ ਹਮੇਸ਼ਾ ਅਵੇਲੇਬਲ ਨੇ, 24/7 ਹਮੇਸ਼ਾ ਸਰਵਿਸਿਜ਼ ਦੇ ਵਿੱਚ ਉਹ ਹਾਜ਼ਰ ਰਹਿੰਦੇ ਨੇ। ਨਾਟ ਓਨਲੀ ਹੀ ਇਜ਼ ਅ ਲਾਇਰ, ਬਟ ਆਈ ਕੈਨ ਟੈਲ ਹੀ ਇਜ਼ ਅ ਵਰਸਟਾਈਲ ਹਿਊਮਨ ਬੀਇੰਗ ਟੂ ਹੈਲਪ ਦੀ ਕਮਿਊਨਿਟੀ। ਉਹ ਹਮੇਸ਼ਾ ਕਮਿਊਨਿਟੀ ਨੂੰ ਹੈਲਪ ਕਰਨ ਦੇ ਲਈ, ਐਮਪਾਵਰ ਕਰਨ ਦੇ ਲਈ ਵਚਨਬੱਧ ਰਹਿੰਦੇ ਹਨ, ਔਰ ਉਹ ਹਮੇਸ਼ਾ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੇ ਹਨ, ਇਸੇ ਕਰਕੇ ਉਹਨਾਂ ਨੂੰ ਲੰਬੇ ਸਮੇਂ ਦਾ ਤਜਰਬਾ ਹੈ। ਔਰ ਕੋਈ ਵੀ ਤੁਹਾਨੂੰ ਸੇਵਾ ਚਾਹੀਦੀ ਹੈਗੀ ਹੈ ਤਾਂ ਤੁਸੀਂ ਬਿਲਕੁਲ ਵੀ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਯੂ ਕੈਨ ਕਾਲ ਅਟਰਨੀ ਸਿੰਘ। ਧੰਨਵਾਦ ਵਕੀਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਔਰ ਸਾਂਝੇ ਕੀਤੀਆਂ। ਸੋ ਇਹ ਸੀਗੇ ਜਸਪ੍ਰੀਤ ਸਿੰਘ, ਅਟਰਨੀ ਐਟ ਲਾਅ, ਇਨ ਦ ਸਪੈਸ਼ਲ ਐਪੀਸੋਡ ਆਫ ਲਾਅ ਗਾਈਡ।